ਸਿੱਖ ਨਿਊਜ਼ ਐਕਸਪ੍ਰੈਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਅੱਜ ਪ੍ਰੋਗਰਾਮ ਰਾਈਟ ਐਂਗਲ ਦੇ ਵਿੱਚ ਸਾਡੇ ਨਾਲ ਨੇ ਸਿੱਖ ਕੌਮ ਦੇ ਪ੍ਰਸਿੱਧ ਪ੍ਰਚਾਰਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਵੈਲਕਮ ਟੂ ਦਾ ਸ਼ੋ ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਸਿੰਘ ਸਾਹਿਬ ਸਿੱਖ ਕੌਮ ਦੇ ਵਿੱਚ ਅਸੀਂ ਤਵਾਰੀਖ ਦੇ ਵਿੱਚ ਵੀ ਦੇਖੀਏ ਸਿੱਖ ਫਿਲਾਸਫੀ ਵੀ ਦੇਖੀਏ ਸਿੱਖ ਕੌਮ ਦੇ ਵਿੱਚ ਗੋਸ਼ਤੀ ਦਾ ਹਮੇਸ਼ਾ ਰੀਤ ਰਹੀ ਹੈ ਸੰਵਾਦ ਦੀ ਰੀਤ ਰਹੀ ਹੈ ਚਾਹ ਗੁਰੂ ਨਾਨਕ ਸਾਹਿਬ ਮੱਕੇ ਗਏ ਚਾਹ ਗੁਰੂ ਸਾਹਿਬ ਜਗਨਨਾਥਪੁਰੀ ਗਏ ਚਾਹ ਹਰੀਦਵਾਰ ਗਏ ਐਸੀ ਕਿ ਭਰਾ ਮਾਰੂ ਜਿਹੜੀ جنگ ਹੋ ਰਹੀ ਹੈ ਅੱਜ ਦੇ ਦੇ ਵਿੱਚ ਉਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਵੀ ਕੁਐਸਚਨ ਆਨਸਰ ਤੋਂ ਹੈ ਤੁਸੀਂ ਕਦੇ ਦੇਖੋ ਕਿਵ ਸਤਿਆਰਾ ਹੋਈ ਹੈ ਕਿਵ ਕੂੜਾ ਟਟੇ ਪਾਲ ਸ਼੍ਰੀ ਅਗਦੀ ਰਮਤਾ ਹੁੰਦੀ ਹੈ ਉੱਥੇ ਵੀ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵਿੱਚੋਂ ਬਚਨ ਮਿਲਦਾ ਹੈ ਮੈਂ ਆਪਣਾ ਗੁਰੂ ਪੁੱਛ ਦੇਖਿਆ ਹਰਬਿੰਦ ਜੀਓ ਜਲਬਲ ਜਾਓ ਮੈਂ ਆਪਣਾ ਗੁਰੂ ਪੁੱਛ ਦੇਖਿਆ ਅਵਰ ਨਹੀਂ ਥਾ ਇਹਦਾ ਮਤਲਬ ਉਸ ਵੇਲੇ ਵੀ ਸਵਾਲ ਜਵਾਬਾਂ ਦਾ ਇੱਕ ਸਿਲਸਿਲਾ ਸੀ ਸੂਰਜ ਪ੍ਰਕਾਸ਼ਨ ਪੜ੍ਹੀਏ ਅੰਤ ਪ੍ਰਕਾਸ਼ਨ ਪੜ੍ਹੀਏ ਕਿਸੇ ਪੁਰਾਤਨ ਗ੍ਰੰਥ ਨੂੰ ਪੜ੍ਹੀਏ ਤਾਂ ਸਿੱਖ ਆ ਕੇ ਗੁਰੂ ਸਾਹਿਬ ਨੂੰ ਸਵਾਲ ਕਰਦੇ ਆ ਸਤਗੁਰੂ ਜੀ ਜਾਂ ਭਾਈ ਗੁਰਦਾਸ ਜੀ ਜਾਂ ਭਾਈ ਮਨੀ ਸਿੰਘ ਜੀ ਜਿਹੜੇ ਵਕਤ ਬਾ ਵਕਤ ਸਿੱਖੀ ਦਾ ਪ੍ਰਚਾਰ ਵੀ ਕਰਦੇ ਰਹੇ ਉਹ ਲੋਕ ਅਸਲ ਵਿੱਚ ਸਵਾਲਾਂ ਦੇ ਜਵਾਬ ਹੀ ਦਿੰਦੇ ਸਨ ਇਹ ਮੇ ਇੱਕ ਤਰਫਾ ਵਨਵੇ ਕਥਾ ਨਹੀਂ ਸੀ ਹੁੰਦੀ ਵਿਚਾਰ ਨਹੀਂ ਸੀ ਹੁੰਦੀ ਸਵਾਲ ਜਵਾਬ ਇੱਕ ਹੁੰਦੇ ਸੀ ਪਰ ਉਦੋਂ ਦੋਨਾਂ ਦੇ ਮਨਾਂ ਵਿੱਚ ਇੱਕ ਵਿਚਾਰ ਹੁੰਦੀ ਸੀ ਕਿ ਮੈਂ ਜਿਹੜੀ ਵਿਚਾਰ ਕਰਨੀ ਉਹ ਗੁਰਮਤਿ ਹੋਵੇ ਜਿਹੜਾ ਬੰਦਾ ਸਵਾਲ ਪੁੱਛਣ ਵਾਲਾ ਹੈ ਉਹਦੇ ਮਨ ਵਿੱਚ ਭਾਵਨਾ ਗੁਰੂ ਪ੍ਰਤੀ ਹੈ ਸੁਚੇਤ ਹੈ ਉਹ ਕਿਸੇ ਆਪਣੇ ਤਰਕ ਨੂੰ ਆਪਣੇ ਆਪ ਨੂੰ ਸਹੀ ਸਿੱਧ ਕਰਨ ਵਾਸਤੇ ਸਵਾਲ ਨਹੀਂ ਪੁੱਛਦਾ ਜਵਾਬ ਦੇਣ ਵਾਲਾ ਆਪਣੇ ਆਪ ਨੂੰ ਸਹੀ ਸਿੱਧ ਕਰਨ ਵਾਸਤੇ ਜਵਾਬ ਨਹੀਂ ਸੀ ਦਿੰਦਾ ਦੋਨਾਂ ਦੇ ਅੰਦਰ ਪੰਚਾਂ ਕਾ ਗੁਰ ਏਕ ਧਿਆਨ ਉਹਨਾਂ ਦੇ ਅੰਦਰ ਧਿਆਨ ਜਿਹੜਾ ਉਹ ਗੁਰੂ ਦਾ ਹੀ ਕੇਵਲ ਹੁੰਦਾ ਸੀ ਇਹ ਵਿਚਾਰ ਦੀ ਗੱਲ ਜਿਹੜੀ ਹੈ ਸਮੇਂ ਤੋਂ ਪਾ ਕੇ ਤਕਰਾਰ ਦੀ ਬਣ ਗਈ ਕਿਉਂਕਿ ਅਸੀਂ ਇੱਕ ਕਰ ਖੋਰ ਤੁਸੀਂ ਨੁਕਤਾ ਨੋਟ ਕਰਿਓ ਜੇ ਤੁਹਾਨੂੰ ਵਕਤ ਮਿਲੇ ਤੁਸੀਂ ਬੜੇ ਸਿਆਣੇ ਸਮਾਜ ਵਿੱਚ ਵਿਚਰਦੇ ਹੋ ਲਮੀਰਾ ਸਮਾਂ ਇਤਿਹਾਸ ਨੂੰ ਪੜ ਕੇ ਵੇਖੀਏ ਤਾਂ ਸਾਨੂੰ ਇੱਕ ਗੱਲ ਲੱਭੇਗੀ ਉਦੋਂ ਕਿਸੇ ਵੀ ਸਿੱਖ ਦਾ ਜ਼ਿਕਰ ਇਤਿਹਾਸ ਵਿੱਚ ਹੈ ਤਾਂ ਉਹਦੀ ਸੇਵਾ ਦੇ ਕਾਰਨ ਹੈ ਭਾਈ ਗੁਰਦਾਸ ਜੀ ਦਾ ਭਾਈ ਮਨੀ ਸਿੰਘ ਦਾ ਕਿਸੇ ਦਾ ਵੀ ABC ਜਿਹੜੇ ਦਾ ਮਰਜ਼ੀ ਲੈ ਲੀਏ ਤਾਂ ਕਿਸੇ ਨਾ ਵੀ ਜ਼ਿਕਰ ਹੈ ਉਹ ਕੇਵਲ ਤੇ ਕੇਵਲ ਉਹਨਾਂ ਦਾ ਜ਼ਿਕਰ ਤਾਂ ਹੈ ਵੀ ਉਹ ਇਤਿਹਾਸ ਵਿੱਚ ਅਸਲ ਵਿੱਚ ਕਿਸੇ ਸੇਵਾ ਦੇ ਪੱਖੋਂ ਜਾਣੇ ਜਾਂਦੇ ਆਂ। ਬਾਬਾ ਦੀਪ ਸਿੰਘ ਜੀ, ਬਾਬਾ ਬੁੱਢਾ ਜੀ ਸੇਵਾ ਜਾਂ ਕਿਰਦਾਰ ਸੇਵਾ ਜਾਂ ਕਿਰਦਾਰ ਅਸਲ ਚ ਉਹਨਾਂ ਦਾ ਤੋਂ ਬਗੇਲ ਸਿੰਘ ਕਪੂਰ ਸਿੰਘ ਉਹਨਾਂ ਦੀ ਕਿਸੇ ਨਾ ਕਿਸੇ ਪੱਖ 'ਚ ਸੇਵਾ ਹੈ। ਉਹਨਾਂ ਦਾ ਕੋਈ ਪੱਖ ਬੋਲਦਾ ਉਸ ਵਿੱਚ ਉਹਨਾਂ ਦਾ ਕਿਰਦਾਰ ਵੀ ਲੱਭਦਾ। ਤੁਸੀਂ ਕਦੇ ਖਿਆਲ ਕਰਿਓ ਜਦੋਂ ਇਹ ਸਾਰਾ ਕੁਝ ਖਤਮ ਹੋਇਆ ਗੋਰੇ ਆਏ ਉਸ ਤੋਂ ਬਾਅਦ ਜਿਹੜਾ ਇਤਿਹਾਸ ਹੈ ਉਹਨੂੰ ਇਤਿਹਾਸ ਕਰਬਟ ਖਾਣ ਲੱਗਿਆ ਬੜੇ ਧਿਆਨ ਨਾਲ ਸੁਣਿਓ ਉਦੋਂ ਤੋਂ ਬਾਅਦ ਜਿਹੜਾ ਇਤਿਹਾਸ ਹੈ ਉਹ ਕਿਸੇ ਦੀ ਸੇਵਾ ਪੱਖੋਂ ਨਹੀਂ ਉਹ ਬਦਲ ਗਿਆ ਜੀ ਅੰਮ੍ਰਿਤ ਵੇਲੇ ਨੇ ਵਜੇ ਉੱਠਦੇ ਆ ਜੀ ਇਹਨਾਂ ਪਾਠ ਕਰਦੇ ਆ ਜੀ ਇਹਨਾਂ ਇਸ਼ਨਾਨ ਕਰਦੇ ਆ ਇਹ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਦੇ ਇਹ ਕਿਸੇ ਦੇ ਹੱਥ ਦਾ ਖਾਣਾ ਨਹੀਂ ਖਾਂਦੇ ਇਤਿਹਾਸ ਕੁਝ ਤੋਂ ਬਾਅਦ ਇਤਿਹਾਸ ਵਿੱਚ ਉਹਨਾਂ ਲੋਕਾਂ ਦੀਆਂ ਗੱਲਾਂ ਆ ਗਈਆਂ ਮੈਂ ਅੰਮ੍ਰਿਤ ਵੇਲੇ ਦਾ ਦੁਖੀ ਨਹੀਂ ਐ ਮੈਂ ਗੁਰੂ ਕੀ ਬਾਣੀ ਪੜਨ ਦਾ ਦੁਖੀ ਨਹੀਂ ਐ ਇੱਕ ਬੇਨਤੀ ਕਰਨਾ ਉਸ ਤੋਂ ਬਾਅਦ ਜਿਹੜੀਆਂ ਗੱਲਾਂ ਸ਼ੁਰੂ ਹੋਈਆਂ ਉਹ ਡੇਰੇ ਬਾਅਦ ਦੀ ਬੁੱਕਲ ਵਿੱਚ ਚਲੇ ਗਈਆਂ ਸਿਰਫ ਅਸੀਂ ਉਹਨਾਂ ਲੋਕਾਂ ਨੂੰ ਦੇਖਣ ਲੱਗ ਪਏ ਨਰਿੰਦਰ ਸਿੰਘ ਕਪੂਰ ਦੀ ਇੱਕ ਗੱਲ ਮੈਂ ਬੜੀ ਬੜੀ ਸੰਗਤ ਨਾਲ ਸਾਂਝੀ ਕਰਨਾ ਉਹ ਕਹਿੰਦੇ ਅਸੀਂ ਉੱਠਦੇ ਸਵੇਰੇ ਪਰ ਜਾਗਦੇ ਨਹੀਂ ਉੱਠਸ ਵਕਤ ਤੇ ਪੈਨੇ ਜਾਗਦੇ ਉਦੋਂ ਜਦੋਂ ਸਮਾਂ ਲੰਘ ਚੁੱਕਿਆ ਹੁੰਦਾ ਬਹੁਤ ਜ਼ਿਆਦਾ ਜੇ ਕਿਤੇ ਅਸੀਂ ਜਾਗ ਵੀ ਪੈਂਦੇ ਇਤਿਹਾਸ ਨੇ ਕਰਵਟ ਖਾਲੀ ਪਹਿਲੇ ਸਾਰਿਆਂ ਦਾ ਨਾਮ ਤਾਂ ਇਤਿਹਾਸ ਵਿੱਚ ਵੀ ਉਹਨਾਂ ਦਾ ਕੋਈ ਨਾ ਕੋਈ ਸਿੱਖੀ ਲਈ ਸਹਿਯੋਗ ਸਿੱਖੀ ਲਈ ਕੋਈ ਉਹਨਾਂ ਦਾ ਯੋਗਦਾਨ ਹੈ ਕੁਛ ਹੀ ਬਾਈ ਉਸ ਤੋਂ ਬਾਅਦ ਵਿੱਚ ਸਿੱਖੀ ਲਈ ਕੋਈ ਯੋਗਦਾਨ ਨਹੀਂ ਬਹੁਤਾ ਸਿਰਫ ਆਪਣੀ ਨਿੱਜੀ ਕੱਦਾਂ ਨੂੰ ਉਹਨਾਂ ਨੇ ਧਰਮ ਬਣਾ ਕੇ ਪੇਸ਼ ਕਰ ਦਿੱਤਾ ਇੱਥੋਂ ਅਸੀਂ ਉਹ ਲੱਗ ਗਏ ਜਦੋਂ ਉਹਨ ਉਹ ਗੱਲਾਂ ਪ੍ਰਗਟ ਹੋਣ ਲੱਗੀਆਂ ਇੱਕ ਪੱਖ ਉਹਨਾਂ ਦਾ ਸਾਹਮਣੇ ਆਉਣ ਲੱਗਾ ਤਾਂ ਕਈ ਵਾਰੀ ਇਸ ਕਲ ਦੀ ਤਕਲੀਫ ਵੀ ਲੱਗਦੀ ਹੈ ਫਿਰ ਇਹਨਾਂ ਕਾਰਨਾ ਕਰਕੇ ਜਿਹੜੀ ਕਥਾ ਉਸ ਸਵਾਲਾਂ ਜਵਾਬਾਂ ਤੋਂ ਬਦਲ ਕੇ ਇੱਕ ਤਰਫਾ ਹੋ ਗਈ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਉਹਦੇ ਚ ਸਾਡੀ ਬਰਕ ਦੀ ਕਮਜ਼ੋਰੀ ਹੈ ਮੈਂ ਵੀ ਇਸ ਗੱਲ ਨੂੰ ਕਬੂਲ ਕਰਨਾ ਹੈ ਉਹ ਕਿਵੇਂ ਜਦੋਂ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣਾ ਹੈ ਤਾਂ ਮੈਨੂੰ ਖੁਦ ਨੂੰ ਪੜਨਾ ਪਏਗਾ ਪ੍ਰਪੇਅਰ ਹੋਣਾ ਪਏਗਾ ਜਦੋਂ ਮੈਂ ਆਪਣੀ ਹੀ ਗੱਲ ਦੱਸਣੀ ਹੈ ਤਾਂ ਫਿਰ ਮੈਨੂੰ ਕਿਸੇ ਨਾਲ ਕੋਈ ਵਾਸਤਾ ਨਹੀਂ ਅਸੀਂ ਗੱਲ ਤੇ ਇਹ ਕੀਤੀ ਪਈ ਅਸੀਂ ਆਪਣੇ ਪੱਖ ਦੱਸਣ ਲੱਗ ਪਏ ਅਸੀਂ ਦੂਜੇ ਦੀ ਜ਼ੁਬਾਨ ਬੰਦ ਕਰ ਦਿੱਤੀ ਮੈਂ ਹੁਣ ਆਪਣੇ ਤੌਰ ਤੇ 40 ਮਿੰਟ ਕਥਾ ਕਰਨੀ ਹੈ ਜਾਂ 1 ਘੰਟਾ ਕਥਾ ਕਰਨੀ ਹੈ ਮੈਂ ਵਾਇਕ੍ਰੂ ਸਿਮਰਨ ਦੇ ਖਿਲਾਫ ਨਹੀਂ ਕਹੋ ਪਰ ਇੱਕ ਗੱਲ ਚੇਤੇ ਰੱਖਿਓ ਤੁਸੀਂ ਕਥਾ ਵਿੱਚ ਪੌਣਾ ਪੌਣਾ ਘੰਟਾ ਅੱਧਾ ਅੱਧਾ ਘੰਟਾ ਸਿਮਰਨ ਕਰਵਾ ਕੇ ਤੇ ਚਾਰਕ ਗੱਲਾਂ ਸੁਣਾ ਕੇ ਤੇ ਜਿਹੜੀ ਚੀਜ਼ ਹੀ ਤੁਹਾਡੀ ਡਿਊਟੀ ਲੱਗੀ ਹੈ ਉਹਨੂੰ ਸਾਰਾ ਕੁਝ ਬੰਦ ਕਰਕੇ ਇੱਕ ਗੋਸ਼ਟੀਆਂ ਨੂੰ ਅਸੀਂ ਇੱਕ ਇਹੋ ਜਿਹਾ ਰੂਪ ਦੇ ਦਿੱਤਾ ਗਿਆ ਗੋਸ਼ਟੀ ਵਿੱਚ ਕੋਈ ਵੀ ਸਵਾਲ ਕਰ ਸਕਦਾ ਹੈ ਜਦੋਂ ਮੈਂ ਇਕੱਲੇ ਨੇ ਬੋਲਣਾ ਤਾਂ ਮੈਂ ਲੋਕਾਂ ਦੇ ਮੂੰਹ ਦੇਖ ਕੇ ਬੋਲ ਸਕਦਾ ਵੀ ਕਿਹਨਾਂ ਲੋਕਾਂ ਨੂੰ ਮੈਂ ਖੁਸ਼ ਕਰਨਾ ਹੈ ਉਹ ਗੱਲਾਂ ਨੇ ਸਾਡੇ ਜਿਹੜੇ ਕੌਮੀ ਪ੍ਰਚਾਰਕ ਵਰਗ ਸੀ ਉਹਨੂੰ ਵੀ ਕੁਰਾਹੇ ਪਾਤਾ ਸਰੋਤੇ ਨੂੰ ਵੀ ਕੁਰਾਹੇ ਪਾਤਾ ਪ੍ਰਬੰਧਕੀ ਸ਼੍ਰੇਣੀ ਨੂੰ ਵੀ ਕੁਰਾਹੇ ਪਾਤਾ ਉਹ ਆਪਣੀਆਂ ਤਰੀਫਾਂ ਸੁਣਨ ਦੇ ਆਦੀ ਹੋ ਗਏ ਤੇ ਅਸੀਂ ਖੁਦ ਨੇ ਵੀ ਜਿਹੜੀ ਕੌਮੀ ਪੱਧਰ ਤੇ ਉਗਦਾਰੀ ਕੀਤੀ ਹੈ ਸੱਚ ਅੱਗੇ ਸੰਗਤਾਂ ਦੇ ਲਿਆ ਕੇ ਸਾਹਮਣੇ ਨਹੀਂ ਰੱਖ ਸਕਦੇ ਤੁਸੀਂ ਨਾਮ ਸਿਮਰਨ ਦਾ ਜ਼ਿਕਰ ਕੀਤਾ ਕੁਝ ਜਥੇਬੰਦੀਆਂ ਨੂੰ ਇਹ ਵੀ ਦੇਖਿਆ ਜਾਂਦਾ ਨਾਮ ਸਿਮਰਨ ਕਰਦੇ ਕਰਦੇ ਵੀ ਉਹਨਾਂ ਦੀ ਪੱਗਾਂ ਖੁੱਲ ਰਹੀਆਂ ਨੇ ਤੁਸੀਂ ਗੋਸ਼ਤਿ ਦੀ ਗੱਲ ਕੀਤੀ ਗੋਸ਼ਤੀਆਂ ਦੇ ਵਿੱਚ ਵੀ ਇੱਕ ਦੂਜੇ ਦੀ ਪੱਗਾਂ ਖੋਲੀਆਂ ਜਾ ਰਹੀਆਂ ਨੇ ਤੇ ਫਿਰ ਨਾ ਸਾਨੂੰ ਸਿੱਖੀ ਦਾ ਕਿਰਦਾਰ ਦਿਖਦਾ ਸਿੱਖ ਸਿੱਖ ਪ੍ਰਚਾਰਕਾਂ ਚੋਂ ਰਲੋ ਜਾਂ ਨਾ ਸਿੱਖੀ ਜੀਵਨ ਦਿਖਦਾ ਇਹ ਕੀ ਵਜ੍ਹਾ ਕਿ ਅੱਜ ਅਸੀਂ ਸਿਰਫ ਗੁਫ਼ਤਾਰ ਦੇ ਕਾਜ਼ੀ ਰਹਿ ਕੇ ਕਿਰਦਾਰ ਦੇ ਕਾਜ਼ੀ ਨਹੀਂ ਬਿਲਕੁਲ ਠੀਕ ਹੈ ਜੀ ਇਹ ਦੇਖੋ ਉਹਦਾ ਕਾਰਨ ਹੈ ਜਿਹੜੀ ਤੇ ਪਹਿਲੀ ਸਿਮਨ ਵਾਲੀ ਗੱਲ ਹੈ ਇਹ ਇੱਕ ਡਾਕਟਰ ਤਾਰਨ ਸਿੰਘ ਨੂੰ ਪੜਿਓ ਪੜੀ ਵਧੀਆਂ ਗੱਲ ਕਰਨੇ ਉਹਨਾਂ ਦੀ ਰਹਾਸ ਤੇ ਰਮਜ਼ਾਂ ਬੜੀ ਪਿਆਰੀ ਕਿਤਾਬ ਹੈ ਤੇ ਉਹਦੇ ਚ ਬਹੁਤ ਕੁਝ ਖੁੱਲ ਕੇ ਆਖਿਆ ਉਹਨਾਂ ਨੇ ਆਖਿਆ ਇੱਕ ਅੰਦਰ ਨਾਮ ਦਾ ਮਤਲਬ ਹੈ ਇੱਕ ਅੰਦਰੂਨੀ ਤਬਦੀਲੀ ਹੈ ਅਸੀਂ ਜਿਉ ਮੈਲੇ ਤੋਂ ਜਿਉ ਨਿਰਮਲ ਹੋਣਾ ਹੈ ਅਸੀਂ ਸਹਿਜੇ ਤੋਂ ਉੱਠ ਕੇ ਸਹਿਜ ਤੱਕ ਪਹੁੰਚਣਾ ਹੈ ਅਸੀਂ ਭਟਕਦੇ ਆਏ ਨੇ ਆਨੰਦ ਤੇ ਮੇਰੀ ਮਾਇਕ ਹੋਣਾ ਹੈ ਅਸੀਂ ਅੰਦਰ ਇੱਕ ਸਾਚੀ ਪ੍ਰੀਤ ਪੈਦਾ ਕਰਨੀ ਹੈ ਅਸੀਂ ਦਿਲੋਂ ਮੁਹੱਬਤ ਪੈਦਾ ਕਰਨੀ ਹੈ ਅਸੀਂ ਬਾਹਰ ਪਰਾਇਆ ਬੈਸਣਾ ਛੱਡਣਾ ਹੈ ਅਸੀਂ ਸੋਦਰ ਦੇ ਪੁਜਾਰੀ ਬਣਨਾ ਹੈ ਅਸੀਂ ਇੱਕ ਅਕਾਲ ਦੇ ਪੁਜਾਰੀ ਬਣਨਾ ਹੈ ਇੱਕ ਕੇਵਲ ਕੁਰਬਾਨੀ ਦੇ ਪੁਜਾਰੀ ਬਣਨਾ ਹੈ ਇਤਿਹਾਦ ਇਹਨਾਂ ਗੱਲਾਂ ਨੂੰ ਲੈ ਕੇ ਜੀਵਨ ਵਿੱਚ ਗੁਣ ਧਾਰਨ ਕਰਨ ਦਾ ਨਵਾਂ ਨਾਮ ਜਪਣਾ ਹੈ ਹੁਣ ਤੁਸੀਂ ਕਦੇ ਵੀ ਦੇਖਿਓ ਜਿਹੜਾ ਕੋਈ ਚੀਜ਼ ਪ੍ਰਾਪਤ ਕਰ ਲੈਂਦਾ ਉਹ 19% ਚ ਆ ਜਾਂਦਾ ਹੈ ਮੈਂ ਅਨੰਦ ਸਾਹਿਬ ਦੀ ਇੱਕ ਪਉੜੀ ਪੜ ਲੈਣਾ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਸਹਜ ਸੇਤੀ ਜਮਨੂ ਸੇਜ ਨਾਲ ਜੀਵਨ ਕਦੇ ਪਟਕਦਾ ਨਹੀਂ ਹੈ ਮਾਂ ਆਪਣੇ ਪੁੱਤ ਨੂੰ ਯਾਦ ਕਰਦੀ ਹੈ ਕਦੇ ਉਹਦੇ ਸਿਰ ਤੋਂ ਦੁਪੱਟਾ ਲੱਤਦਾ ਵੇਖਿਆ ਇੱਕ ਪਤਨੀ ਆਪਣੇ ਪਤੀ ਨੂੰ ਯਾਦ ਕਰ ਰਹੀ ਹੈ ਉਹਦੀ ਯਾਦ ਵਿੱਚ ਗੁਰੁੰਦ ਹੈ ਉਤੇ ਗੁਣਾ ਨੂੰ ਚੇਤੇ ਕਰ ਲਈਏ ਬਤਾਈ ਹੋਈ ਪਲ ਯਾਦਕ ਬਣਾ ਰਹੀ ਹੈ ਇਸੇ ਤਰ੍ਹਾਂ ਸੀ ਰੱਬੀ ਗੁਣਾ ਨੂੰ ਯਾਦ ਕਰਕੇ ਆਪਣੇ ਜੀਵਨ ਵਿੱਚ ਪਰਮ ਆਨੰਦ ਮੰਨਣਾ ਸੀ ਪਰ ਅਸੀਂ ਉਸ ਗੱਲ ਤੋਂ ਟੁੱਟ ਕੇ ਤੇ ਅੱਜਕੱਲh ਸਰੀਰਕ ਕਿਰਿਆ ਦੇ ਵਿੱਚ ਉਲਝ ਗਏ ਅਸਰ ਵਿੱਚ ਸਿੱਖੀ ਨੂੰ ਇੱਕ ਗੱਲ ਹੋਰ ਵੀ ਧਿਆਨ ਦੇਣਯੋਗ ਬਾਤ ਹੈ ਸਿੱਖੀ ਦੇ ਵਿੱਚ ਵੀ ਦੋ ਗੱਲਾਂ ਬੜੀਆਂ ਭਾਰੂ ਹਨ ਨੰਬਰ 1 ਅਸੀਂ ਜਾਂ ਤਾਂ ਸਿੱਖੀ ਦੀ ਵਿਆਖਿਆ ਕੀਤੀ Hindu ਧਰਮ ਦੀ ਅੱਖ ਲਾ ਕੇ ਇਹ ਸਨਾਤਨ ਧਰਮ ਦੀ ਅੱਖ ਦੇ ਨਾਲ ਜਾਂ ਸਿੱਖੀ ਦੀ ਵਿਆਖਿਆ ਕੀਤੀ ਅਸੀਂ ਯੋਗ ਮਤ ਦੇ ਨਾਲ ਜਿਹੜੇ ਜਿੰਨੇ ਵੀ ਸਰੀਰਕ ਤੌਰ ਤੇ ਟੱਪਣ ਵਾਲੀ ਗੱਲ ਹੈ ਇਹ ਯੋਗ ਮਤ ਦਾ ਕੰਮ ਹੈ ਕਿਹੜੀ ਲੱਤ ਥੱਲੇ ਰੱਖੋ ਕਿਹੜੇ ਘੋੜਾ ਉੱਤੇ ਰੱਖੋ ਕੀ ਗੱਲ ਕਰਨੀ ਢਿੱਡ ਤੇ ਢਿੱਡ ਸਿੱਧੀ ਕਰਕੇ ਬੈਠੋ ਇੱਥੇ ਆ ਤੇ ਕਿ ਸਾਰੀਆਂ ਯੋਗ ਮਤ ਦੀਆਂ ਗੱਲਾਂ ਇਹਦੇ ਗੁਰਮਤ ਨਾਲ ਕੋਈ ਸਬੰਧ ਨਹੀਂ ਹੈ ਜਾਂ ਫਿਰ ਅਸੀਂ ਹਿੰਦੂ ਧਰਮ ਵਿੱਚ ਚੋਲ ਜਾ ਦਿੱਤਾ ਕਿ ਇਹ ਅਵਸਥਾ ਬਣਦੀ ਹੈ ਆਹ ਨਰਕ ਬਣਦਾ ਹੈ ਆਹ ਸਵਰਗ ਬਣਦਾ ਹੈ ਇੰਨੇ ਮੀਲ ਇੰਨੇ ਇਹ ਇੰਨੇ ਸਾਡੇ ਅੰਦਰ ਇੱਕ ਰਸ ਪੈਦਾ ਹੋਏ ਇਤਿਹਾਸਿਕ ਇਹ ਸਾਰੀਆਂ ਗੱਲਾਂ ਜੋ ਕਿ ਨੂੰ ਸਨਾਤਨੀ ਧਰਮ ਦੀਆਂ ਸੀ ਗੁਰਮਤ ਨੇ ਸਿਰਫ ਇਸ ਕੰਨ ਨੂੰ ਪ੍ਰਵਾਨਗੀ ਦਿੱਤੀ ਸੀ ਕਿ ਤੁਸੀਂ ਇੱਕ ਆਪਣੇ ਅੰਦਰ ਮਨ ਚਾਉ ਪੈਦਾ ਕਰਨਾ ਹੈ ਆਪਣੇ ਅੰਦਰ ਇੱਕ ਰੱਬ ਦੀ ਸਿਫਤ ਸਲਾਹ ਦਾ ਖਜ਼ਾਨਾ ਪੈਦਾ ਕਰਨਾ ਹੈ ਔਰ ਜਿਉਂ-ਜਿਉਂ ਕੋਈ ਚੀਜ਼ ਪਾਲੋਗੇ ਦੁੱਧ ਹੈ ਉਹ ਗਿਲਦਾ ਹੈ ਜਦੋਂ ਤਤ ਦੇ ਨੇੜੇ ਹੋ ਗਿਆ ਦਹੀਂ ਬਣ ਗਿਆ ਤੇ ਹਿੱਲੇਗਾ ਨਹੀਂ ਦਹੀਂ ਤੋਂ ਵੀ ਅੱਗੇ ਉਹਨੂੰ ਰੜਕ ਕੇ ਖੋਰ ਤੱਤ ਕੱਢ ਲਿਆ ਮੱਖਣ ਬਣ ਗਿਆ ਉਹ ਦਹੀਂ ਤੋਂ ਵੀ ਕਰੜਾ ਹੋ ਗਿਆ ਤੁਸੀਂ ਦੇਖੋ ਕਦੇ ਫਰਿੱਜਾਂ 'ਚ ਪਿਆ ਮੱਖਣ ਜੇ ਮੱਖਣ ਨੂੰ ਵੀ ਜਦੋਂ ਭੰਗਾਰ ਲਿਆ ਗਿਆ ਉਹਨੂੰ ਉਬਾਲ ਲਿਆ ਗਿਆ ਤਾਂ ਉਹਦੇ 'ਚੋਂ ਦੇਸੀ ਘਿਓ ਬਣ ਗਿਆ ਹੋ ਟਕਾਚਾ ਗਿਆ ਜਿਉਂ-ਜਿਉਂ ਤੱਤ ਦੇ ਨੇੜੇ ਹੁੰਦਾ ਚਲਾ ਜਾਏਗਾ ਕਿਉਂ ਤੋ ਜੀਵਨ ਵਿੱਚ ਟਕਾਹ ਹੋਏਗਾ ਜੀਵਨ ਵਿੱਚ ਉਛਣਾ ਨਹੀਂ ਹੋਏਗਾ ਪਹਿਲੀ ਗੱਲ ਤਾਂ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਜਿਨ੍ਹਾਂ ਲੋਕਾਂ ਨੇ ਸ਼ਮਰਨ ਦੇ ਨਾਂ ਤੇ ਪੱਗਾਂ ਲਾਈਆਂ ਉਹ ਵੀ ਇੱਕ ਨਰੋਲ ਕਰਮਕਾਂਡ ਕਿਸੇ ਵੀ ਗੁਰੂ ਸਾਹਿਬ ਦੇ ਵਿਲੇ ਐਵੇਂ ਦੀਆਂ ਗੱਦਾਂ ਨਹੀਂ ਸੀ ਹੁੰਦੀਆਂ ਅਨੰਦਪੁਰ ਸਾਹਿਬ ਦੀਆਂ ਚੋਟੀਆਂ ਤੇ ਬੈਠ ਕੇ ਖਾਲਸਾ ਆਤਮਿਕ ਆਨੰਦ ਮਾਣਦਾ ਰਿਹਾ ਜੇ ਐਵੇਂ ਝੂਮ ਕੇ ਉਦੋਂ ਪੱਗਾ ਰੌਣ ਵਾਲੀਆਂ ਗੱਦਾਂ ਹੁੰਦੀਆਂ ਤਾਂ ਸਿੱਖੀ ਦੀਆਂ ਤਸਵੀਰਾਂ ਪਹਾੜਾਂ ਤੋਂ ਰੋੜਣ ਵਾਲੇ ਸਿੱਖਾਂ ਦੀਆਂ ਬਣਨੀਆਂ ਸੀ ਐਵੇਂ ਭਾਈ ਬਚਿੱਤਰ ਸਿੰਘ ਵਾਂਗੂ ਮਸਤ ਹਾਥੀਆਂ ਨੂੰ ਮੋੜਨ ਵਾਲੀਆਂ ਨਹੀਂ ਸੀ ਬਣਨੀਆਂ ਉੱਥੇ ਤਾਂ ਇਤਿਹਾਸ ਕੀ ਹੈ ਪਰ ਅਸੀਂ ਕੀ ਬਣਾ ਕੇ ਰੱਖ ਲਿਆ ਦੂਜਾ ਪੱਖ ਤੁਹਾਡੇ ਨਾਲ ਸਾਂਝਾ ਕਰਾਂ ਜਿਹੜੀਆਂ ਅਜੋਕੀਆਂ ਪੱਗਾਂ ਲੱਥ ਰਹੀਆਂ ਉਹਦਾ ਕਾਰਨ ਕੋਈ ਹੋਰ ਹੈ ਉਹ ਹੀ ਕਾਰਨ ਹੈ ਹਮੇਸ਼ਾ ਕੁਦਰਤ ਦਾ ਇੱਕ ਨਿਯਮ ਹੈ ਕੁਦਰਤ ਆਪਣੇ ਵਿੱਚ ਇੱਕ ਤਬਦੀਲੀ ਲਿਆਉਂਦੀ ਹੈ ਤਬਦੀਲੀ ਦਾ ਦੂਜਾ ਨਾਮ ਵਿਕਾਸ ਹੈ ਗੁਰੂ ਸਾਹਿਬਾਂ ਦੇ ਵੇਲੇ ਵੇਖ ਲੋ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਿਤਨੇ ਵਿਕਾਸ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਇੱਕ ਪੋਥੀ ਤੋਂ ਕੱਲ ਸ਼ੁਰੂ ਕਰਦੇ ਨੇ ਸ਼ਬਦ ਤੋਂ ਸ਼ੁਰੂ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਇੱਕ ਗ੍ਰੰਥ ਨੂੰ ਗੁਰਗੱਦੀ ਦੇ ਦੇ ਸ਼ਬਦ ਪੋਥੀ ਗੁਰਗੰਸਬ ਵਿਕਾਸ ਹੋਇਆ ਨਾ ਸਿੱਖ ਵਿਚਾਰ ਮੋਢ ਨਾਲ ਹਥਿਆਰ ਜੁੜਦਾ ਚਲਾ ਗਿਆ ਜਸਮ ਪਾਤਸ਼ਾਹ ਦੇ ਵੇਲੇ ਤੱਕ ਇੱਕ ਖਾਲਸਾ ਰੂਪ ਵਿੱਚ ਪ੍ਰਗਟ ਹੋ ਗਿਆ ਵਿਕਾਸ ਹੋਇਆ ਨਾ ਹੁਣ ਜੇ ਕੋਈ ਸਿੱਖ ਤੁਹਾਨੂੰ ਪਾਤਸ਼ਾਹ ਦੇ ਵੇਲੇ ਗੱਲ ਕਰੇ ਪਈ ਮੇਤਾ ਹੈ ਨਾ ਚੀਜ਼ਾਂ ਨੂੰ ਇਹ ਨਹੀਂ ਮੰਨਦਾ ਮੈਂ ਤਾਂ ਗੁਰੂ ਨਾਨਕ ਸਾਹਿਬ ਤੇ ਵੇਲੇ ਦਾ ਸਿੱਖ ਹੈ ਕੀ ਗੁਰੂ ਨਾਨਕ ਸਾਹਿਬ ਉਸ ਵੇਲੇ ਉਹ ਪੂਰੇ ਗੁਰੂ ਨਹੀਂ ਸੀ ਦਸਮ ਪਾਤਸ਼ਾਹ ਨੂੰ ਕੀ ਲੋੜ ਪੈਗੀ ਬਾਦ ਰੱਖਣ ਦੀ ਅਸਲ ਵਿੱਚ ਇਹ ਵਿਕਾਸ ਦਾ ਨਾ ਹੈ ਜਿਹਨੂੰ ਅਸੀਂ ਆਪਣੇ ਤੌਰ ਤੇ ਸਮਝ ਲਿਆ ਉਹ ਤਬਦੀਲੀਆਂ ਨੂੰ ਪ੍ਰਵਾਨ ਕਰਦੇ ਗਏ ਇੱਕ ਵੇਰ ਹੋਰ ਬੇਨਤੀ ਕਰਾਂ ਨਵਕਤ ਵਿਚਾਰੇ ਸੋ ਬੰਦਾ ਹੋਏ ਜਿਹਨੂੰ ਆਪਾਂ ਕਹਦੀ ਆ ਜੇ ਆਪਾਂ ਦੇਖੋ ਮੈਂ ਇੱਕ ਛੋਟੀ ਜੀ ਬੇਨਤੀ ਵਿੱਚ ਤੁਹਾਨੂੰ ਰੋਕ ਕੇ ਕਰਨ ਲੱਗਿਆ ਮੈਨੂੰ ਮਾਫ ਕਰਿਓ ਕਿਉਂਕਿ ਇਹ ਗੱਲਾਂ ਬੜੀਆਂ ਜ਼ਰੂਰੀਆਂ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ 958 ਸ਼ਬਦ ਹੈ ਗੁਰੂ ਅੰਗਦ ਸਾਹਿਬ ਜੀ ਦੇ ਵੇਲੇ 630 ਲੋਕ ਹੈ ਗੁਰੂ ਅਮਰਦਾਸ ਜੀ ਦੇ ਵੇਲੇ 885 ਸ਼ਬਦ ਹੈ ਗੁਰੂ ਰਾਮਦਾਸ ਜੀ ਦੇ ਵੇਲੇ 647 ਸ਼ਬਦ ਹੋਰ ਵਾਧਾ ਹੋਇਆ ਗੁਰੂ ਅਰਜਨ ਪਾਚੀ ਦੇ ਵੇਲੇ 2312 ਸ਼ਬਦ ਹੋਰ ਕਰਵਾਣ ਦੇ ਖਜ਼ਾਨੇ ਵਿੱਚ ਸ਼ਾਮਲ ਹੋਏ ਪਰ ਕਦੇ ਕਿਸੇ ਸਿੱਖ ਨੇ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਜੇ ਸਿੱਖ ਕਾਹਦੇ ਸਿੱਖ ਸੀ ਉਹਦਾ ਕੱਚੇ ਜੇ ਸਿੱਖ ਸੀ ਸੁਖਮਨੀ ਸਾਹਿਬ ਤਾਂ ਗੁਰੂ ਅਰਜਨ ਪਾਚੀ ਦੇ ਵੇਲੇ ਆਈ ਹੈ ਤੇ ਗੁਰੂ ਨਾਨਕ ਸਾਹਿਬ ਦੇ ਵੇਲੇ ਜਿਹੜੇ ਸਿੱਖ ਸੁਖਮਨੀ 'ਚ ਪੜਦੇ ਰਹੇ ਗੁਰੂ ਅੰਗਦ ਸਾਹਿਬ ਦੇ ਵੇਲੇ ਕਿ ਸਿੱਖਾਂ ਨੇ ਕਿਹੜੀ ਸੁਖਮਨੀ 'ਚ ਪੜੀ ਨਹੀਂ ਉਹਨਾਂ ਨੇ ਇਹ ਕੋਈ ਸ਼ਬਦ ਸਮਝਿਆ ਵੀ ਜੋ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦਿੱਤਾ ਗਿਆ ਉਹ ਹੀ ਉਹ ਗੁਰੂ ਅੰਗਦ ਸਾਹਿਬ ਦੇ ਵੇਲੇ ਉੱਥੇ ਜਿਆਦਾ ਵੀ ਆਖਿਆ ਕਰਕੇ ਦਿੱਤੀ ਗਈ ਹੈ ਨਾ ਸਿੱਖ ਉਦੋਂ ਕੱਚਾ ਸੀ ਨਾ ਗੁਰੂ ਉਦੋਂ ਅਧੂਰਾ ਸੀ ਨਾ ਗੁਰੂ ਅੱਜ ਅਧੂਰਾ ਹੈ ਇਹ ਨਾਸਿਕ ਅੱਜ ਕੱਚਾ ਉਹ ਬਰਾਬਰ ਹੈ ਇਹ ਵਿਕਾਸ ਦਾ ਨਾਸੀ ਅੱਜ ਅਸੀਂ ਉਸ ਵਿਕਾਸ ਨੂੰ ਲੈਣਾ ਨਹੀਂ ਚਾਹੁੰਦੇ ਇੱਕ ਡੇਰੇਦਾਰੀ ਦੇ ਨਾਂ ਦੇ ਉੱਤੇ ਆਪਣੀ ਅਕਲ ਨੂੰ ਤਾਲਾ ਲਾ ਕੇ ਗੁਰਮਤ ਵਿੱਚ ਆਈਆਂ ਵਿਕਾਸ ਦੀਆਂ ਗੱਲਾਂ ਉਹ ਪ੍ਰਵਾਨ ਨਹੀਂ ਕਰਦੇ ਤੇ ਜਿਹੜੇ ਇਸ ਵਿਕਾਸ ਦੇ ਨਾਲ ਹਮਸਫਰ ਹੋ ਕੇ ਤੁਰਨਾ ਚਾਹੁੰਦੇ ਹਮ ਕਦਮ ਹੋ ਕੇ ਤੁਰਨਾ ਚਾਹੁੰਦੇ ਉਹਨਾਂ ਦੇ ਅਸੀਂ ਪੱਗਾਂ ਲਾ ਰਹੇ ਕਰਨੇ ਪ੍ਰੋਬਲਮ ਕੀ ਥਿਆਰੀ ਸੋਰਸ ਆਫ ਇਨਫੋਰਮੇਸ਼ਨ ਸਾਡੇ ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ ਫਿਰ ਇਹ ਸੀ ਇਹ ਤੇ ਸੁਣਨ ਵਾਲੀ ਵੰਡ ਵਿਚਾਰ ਤਰਕ ਤੌਰ ਤੇ ਕਿਉਂ ਅਲੱਗ ਹੋ ਰਹੀ ਹੈ ਤੁਸੀਂ ਗੁਰਬਾਣੀ ਦੀ ਮੈਨੂੰ ਇਹ ਇਨਕਲਾਬੀ ਵਿਚਾਰਾ ਦਸੀਆਂ ਕਿ ਉਹਨਾਂ ਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਜਾਂ ਦੇ ਵਿੱਚ ਕੋਈ ਹੋਰ ਰੀਜ਼ਨ ਹੈ ਉਹ ਸਮਝਣਾ ਨਹੀਂ ਚਾਹੁੰਦੇ ਜਾਂ ਦੇ ਵਿੱਚ ਕੋਈ ਕੋਈ ਚਾਲ ਹੈ ਕੋਈ ਕਨਸਪੀਰੇਸੀ ਹੈ ਕੀ ਰੀਜ਼ਨ ਹੈ ਇਹ ਉਹਦਾ ਕਾਰਨ ਹੈ ਜੀ ਜਿਹੜਾ ਇੱਕ ਜਿੰਨਾ ਚ ਸਿੱਖੀ ਗੁਰੂ ਦੀ ਸੋਚ ਨਾਲ ਚੱਲੀ ਉਹਨਾਂ ਚ ਕੋਈ ਵਖਰੀ ਮਾਨ ਨਹੀਂ ਆਇਆ ਪਾਵੇਂ ਜੰਗਲਾਂ 'ਚ ਵੀ ਬੈਠੇ ਸੀ ਪਾਵੇਂ ਬੰਦ-ਬੰਦ ਕਟਵਾ ਰਹੀ ਸੀ ਸਿਰਾਂ ਦੇ ਮੁੱਲ ਪੈ ਰਹੀ ਸੀ ਇਟਿਆਦਕ ਫਿਰ ਕੁਝ ਸਮੇਂ ਤੋਂ ਬਾਅਦ ਇਹਦੇ ਦਰਮਿਆਨ ਇੱਕ ਮਨੁੱਖੀ ਸੋਚ ਵਿੱਚ ਸ਼ਾਮਲ ਹੋ ਗਏ ਤੁਸੀਂ ਕਦੇ ਖਿਆਲ ਕਰਿਓ ਗੁਰੂ ਕੰਸ ਦੀ ਪਵਿੱਤਰ ਪਾਣੀ ਵਿੱਚ 35ਵਾਂ ਪੁਰਖਾਂ ਦੀ ਬਾਣੀ ਹੈ ਉਹ ਸਾਰੀ ਹੈ ਹਰ ਬਾਰੀ 567 ਬਾਰੀ ਇੱਕ ਓੰਕਾਰ ਕਿਉਂ ਲਿਖਿਆ ਗਿਆ ਸਿਖਾ ਠੋਕਰ ਨਾ ਖਾਇਓ ਸਮੁੱਚੀ ਬਾਣੀ ਭਾਵੇਂ ਸ਼ੇਖ ਫਰੀਦ ਬੋਲੇ ਭਾਵੇਂ ਰਬਦਾਸ ਜੀ ਬੋਲੇ ਭਾਵੇਂ ਕਬੀਰ ਸਾਹਿਬ ਬੋਲੇ ਉਹ ਇੱਕ ਓੰਕਾਰ ਨੂੰ ਹੀ ਮੱਧੇ ਨਜ਼ ਰੱਖ ਕੇ ਬੋਲੇ ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਜਦੋਂ ਉਹਨਾਂ ਦੇ ਮੰਨਣ ਵਾਲਿਆਂ ਵਿੱਚ ਮਨੁੱਖੀ ਸੋਚ ਆ ਗਈ ਹੁਣ ਤੁਸੀਂ ਅੱਜ ਦੇਖ ਲਓ ਵੀ ਉਹਨਾਂ ਵਿੱਚ ਕਿੰਨੇ ਵਖਰੇਵੇਂ ਕਿੰਨੀਆਂ ਮਰਿਆਦਾਵਾਂ ਜਦੋਂ ਇਵੇਂ ਇੱਕ ਤੋਂ ਦੋ ਬਣ ਜਾਣ ਤਾਂ ਦੋ ਦਾ ਮਤਲਬ ਹੈ ਡੁੱਬਦਾ ਉਦੋਂ ਟਕਰਾ ਹੁਣ ਕੁਦਰਤੀ ਗੱਲ ਹੋਇਆ ਕਰਦੀ ਏ ਘਰ ਪਰਿਵਾਰ ਵਿੱਚ ਇੱਕ ਏਕਾ ਹੋਵੇ ਉਸੇ ਛੱਤ ਥੱਲੇ ਬਾਪ ਪੁੱਤ ਤੇ ਪੋਤਾ ਵੀ ਪੜ ਜਾਣੇ ਜੇ ਵਿੱਚ ਵਖਰੀਮਾ ਆ ਜਾਏ ਤੇ ਬਾਪ ਤੇ ਪੁੱਤ ਵੀ ਕੰਧ ਚ ਘਰ ਵਿੱਚ ਕੰਧ ਪੈਦਾ ਕਰ ਲੈਣੇ ਇੱਕ ਦੂਜੇ ਦੁਸ਼ਮਣ ਹੋ ਕੇ ਬੈਠ ਜਾਣੇ ਅੱਜ ਸਾਡੀਆਂ ਜਥੇਬੰਦੀਆਂ ਘਰੇਬੰਦੀਆਂ ਦੇ ਰੂਪ ਵਿੱਚ ਬਦਲ ਕੇ ਇੱਕ ਦੂਜੇ ਦੀਆਂ ਦੁਸ਼ਮਣ ਬਣ ਬੈਠੀਆਂ ਹੋਈਆਂ ਕਿਉਂਕਿ ਗੁਰਮਤ ਦੇ ਅਸੂਲਾਂ ਤੋਂ ਅਸੀਂ ਪਾਸੇ ਹੋ ਗਏ ਗੁਰਮਤ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਸੂਲਾਂ ਨੂੰ ਧਾਰਨ ਕਰੀਏ ਸਾਡੀ ਜੀਵਨ ਦੀਆਂ ਠੋਕਰਾਂ ਅੱਜ ਵੀ ਖਤਮ ਹੋ ਜਾਣਗੀਆਂ ਅਸੀਂ ਜਿਹੜੇ ਪ੍ਰਚਾਰਕ ਇਹਦੇ ਤੇ ਆ ਗਿਆ ਉਹ ਸਮਝ ਨਹੀਂ ਰੇ ਅੰਡਰਸਟੈਂਡਿੰਗ ਨਹੀਂ ਹੈਗੀ ਇਗਨੋਰੈਂਸ ਹੈਗੀ ਜਾਂ ਸਮਝਣਾ ਚਾਹਦੇ ਨਹੀਂ ਨੇ ਇਹ ਪ੍ਰਚਾਰਕ ਜੀ ਮੈਨੂੰ ਮਾਫ਼ ਕਰਿਓ ਮੇਰੇ ਬੇਟੇ ਪ੍ਰਚਾਰਕ ਵੀ ਦੋ ਸ਼੍ਰੇਣੀਆਂ 'ਚ ਵੰਡੇ ਗਏ ਅੱਜ ਉਹ ਲੋਕਾਂ ਵੱਲੋਂ ਰੱਖਿਆ ਹੋਇਆ ਇੱਕ ਨਾਂ ਹੈ ਇੱਕ ਤਤ ਗੁਰਮਤ ਜੀ ਵੈਸੇ ਗੁਰਮਤ ਗੁਰਮਤ ਹੋਇਆ ਕਰਦੀ ਹੈ ਗੁਰਮਤ ਨੂੰ ਗੁਰਮਤ ਆਲਰੇਡੀ ਇੱਕ ذات ਹੈ ਪਰ ਚਲੋ ਦੁਨੀਆ ਦੇ ਨਾਂ ਨਾਲ ਆਪਾਂ ਗੱਲ ਕਰੀਏ ਇੱਕ ਵੈਸੇ ਪ੍ਰਚਾਰਕ ਹੈ ਨਾ ਮੈਂ ਹੁਣ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਤੁਸੀਂ ਕਿਹੜੇ ਪ੍ਰਚਾਰਕਾਂ ਦੀ ਗੱਲ ਕਰ ਰਹੇ ਹੋ ਮੈਂ ਜਿਹੜੇ ਗੁਰਗੰਨ ਸਾਹਿਬ ਦੇ ਸਿਧਾਂਤ ਦੀ ਗੱਲ ਕਰਦੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਜੀ ਜਿਹੜੇ ਗੁਰੂ ਗੰਨ ਸਾਹਿਬ ਦੇ ਸਿਧਾਂਤ ਦੀ ਗੱਲ ਕਰ ਰਹੇ ਹਨ ਉਹ ਮੈਂ ਇਹ ਨਹੀਂ ਕਹਿ ਸਕਦਾ ਵੀ ਉਹ ਨਹੀਂ ਸਮਝਣਗੇ ਕਿ ਕਿਉਂਕਿ ਪ੍ਰਚਾਰਕ ਮਤਲਬ ਆਪ ਸਮਝ ਕੇ ਸਮਝਾਉਣ ਦਾ ਮੇਰਾ ਮੇਰਾ ਸਵਾਲ ਇਹ ਹੈ ਕਿ ਦੋ ਜਿਹੜੇ ਸੈਕਸ਼ਨ ਬਣ ਗਏ ਨੇ ਇੱਕ ਜਿਹੜੇ ਸਿਰਫ ਅਖਰੀ ਅਰਥ ਕਰਦੇ ਨੇ ਉਹ ਗੁਰਬਾਣੀ ਨੂੰ ਅਲੱਗ ਤਰੀਕੇ ਨਾਲ ਇੰਟਰਪ੍ਰੀਟ ਕਰਦੇ ਨੇ ਇੱਕ ਜਿਹੜੇ ਹੈਗੇ ਗੁਰਬਾਣੀ ਦੇ ਅਖਰੀ ਅਰਥ ਹੀ ਸਮਝਦੇ ਨੇ ਪਾਵਰਸ ਵੀ ਲੈਂਦੇ ਨੇ ਇਹ ਅੰਡਰਸਟੈਂਡਿੰਗ ਵਿੱਚ ਫਰਕ ਹੈ ਜਾਂ ਉਹ ਜਾਣਬੁੱਝ ਕੇ ਮਿਸ ਇੰਟਰਪ੍ਰੀਟ ਕਰ ਰਹੇ ਨੇ ਹਾਂਜੀ ਜਾਣਬੁੱਝ ਕੇ ਮੈਸ ਇੰਟਰਪ੍ਰੀਟੇਸ਼ਨ ਕਰ ਰਹੇ ਨੇ ਉਹਦਾ ਕਾਰਨ ਹੈ ਕਿਉਂਕਿ ਗੁਰਬਾਣੀ ਵਿੱਚ ਆਦ ਸੱਚ ਯੋਗਤ ਸੱਚ ਹੈਪੀ ਸੱਚ ਨਾਨਕ ਖੋਸੀ ਵੀ ਸੱਚ ਗੁਰਬਾਣੀ ਵਿੱਚ ਸਦੀਵੀ ਸਚਾਈਆਂ ਦਾ ਨਾਂ ਹੈ ਹੁਣ ਮੈਂ ਐਗਜ਼ਾਮਪਲ ਦੇਣਾ ਜਥੇਦਾਰ ਅਕਾਲ ਤਖਤ ਪੱਟਾ ਸਾਹਿਬ ਦੇ ਕਹਿੰਦੇ ਨੇ ਕਿ ਜਿਹੜੇ ਚਾਰ ਸਹਬਜਾਦੇ ਨੇ ਹੈ ਬ੍ਰਹਮਾ ਵਿਸ਼ਨੂੰ ਮਹਿੰਦਰ ਦੇ ਅਵਤਾਰ ਨੇ ਉਹ ਨਾ ਉਹਨਾਂ ਦੀ ਤੁਹਾਡੇ ਸਾਹਮਣੇ ਇਗਨੋਰੈਂਸ ਹੈ ਜਾਂ ਉਹਨਾਂ ਦੀ ਅਗਿਆਨਤਾ ਹੈ ਜਾਂ ਇਹਦੇ ਪਿੱਛੇ ਕੋਈ ਚਾਲ ਹੈ ਇਹ ਇਹ ਤੁਸੀਂ ਬੜਾ ਉਹਨਾਂ ਨੂੰ ਅਸੀਂ ਇਗਨੋਰੈਂਟ ਵੀ ਨਹੀਂ ਕਹਿ ਸਕਦੇ ਗਵਾਰ ਵੀ ਨਹੀਂ ਕਹਿ ਸਕਦੇ ਤੇ ਫਿਰ ਕੀ ਵਜ੍ਹਾ ਹੋ ਸਕਦੀ ਹੈ ਕਿ ਤਾਕਤ ਦੇ ਜੇਤਿਹਾਰ ਹੁੰਦੇ باوجود ਇਹੋ ਜਿਹਾ ਬਿਆਨ ਦੇਣਾ ਇਹ ਤੁਸੀਂ ਬੜੀ ਦੁਖਦੀ ਰਗ ਤੇ ਹੱਥ ਰੱਖ ਦਿੱਤਾ ਹੈ ਬੜੀ ਦੁਖਦੀ ਥਾਂ ਤੇ ਹੱਥ ਰੱਖ ਦਿੱਤਾ ਹੈ ਮੈਂ ਇਹਦੇ ਲਈ ਖੁੱਲ ਕੇ ਗੱਲ ਕਰਨੀ ਚਾਹਾਂਗਾ ਜਿਹੜਾ Hindu ਧਰਮ ਹੈ ਉਹਦੀ ਜਿਹੜੀ ਪਦਾਰਿਸ਼ ਹੈ ਉਹ ਮਿਥਾ ਸਕ ਹੈ ਜਦੋਂ ਵੀ ਕੋਈ ਸਚਾਈ ਨੂੰ ਲੈ ਕੇ ਤੁਰੇ ਇਨੂੰ ਡਰ ਪੈਦਾ ਹੋ ਗਿਆ ਵੀ ਇਹ ਮੇਰੇ ਪਰਦੇ ਨਾ ਫੋਲ ਦੇਵੇ। ਐਗਜ਼ਾਮਪਲ ਆਪ ਲੈ ਸਕਨੇ। ਮਨੁੱਖ ਦੇ ਸਰੀਰ ਉੱਤੇ ਹਾਥੀ ਦਾ ਸਿਰ ਲਾ ਦੇਣਾ। ਮਨੁੱਖ ਦੀ ਖੁਰਾਕ ਬੱਕਰੀ, ਹਾਥੀ ਦੀ ਖੁਰਾਕ ਬੱਕਰੀ, ਹਾਥੀ ਦੀ ਸੋਚ ਬੱਕਰੀ ਮਨੁੱਖਾ ਸਰੀਰ ਨੂੰ ਕਿਵੇਂ ਮੈਨੇਜ ਕਰ ਸਕਦਾ ਉਹ? ਪਰ ਉਹਨੇ ਬਣਾ ਲਿਆ। ਚੱਲ ਵੀ ਗਿਆ। ਹੁਣ ਜਦੋਂ ਬਾਕੀ ਧਰਮ ਜਿਹੜੇ ਆ ਉਹ ਜਦੋਂ ਉਹਦੀ ਖਿਲਾਫਤ ਕਰਦੇ ਆ ਉਹਨੂੰ ਡਰ ਪੈਦਾ ਹੋ ਜਾਂਦਾ। ਉਹ ਫਿਰ ਇੱਕੋ ਹੀ ਕੰਮ ਕਰਦਾ ਵੀ ਇਸ ਧਰਮ ਨੂੰ ਮੈਂ ਆਪਣੀ ਬੁੱਕਲ ਵਿੱਚ ਨਿਕਲ ਲਵਾਂ। ਇਵੇਂ ਜਿਹੜਾ ਬੁੱਧ ਧਰਮ ਹੈ ਉਹ ਖਾਦਾ ਗਿਆ। ਸਿੱਖ ਧਰਮ ਨੂੰ ਵੀ ਖਾਣ ਦੀ ਕੋਸ਼ਿਸ਼ ਕੀਤੀ ਗਈ। ਸਿੱਖ ਇਸ ਗੱਲੋਂ ਸਿਆਣਾ ਹੈ ਵੀ ਇਹ ਕਿਸੇ ਦੂਜੇ ਦੀ ਐਂਟਰੀ ਨਹੀਂ ਚਾਹੁੰਦਾ। ਉਹਨਾਂ ਨੇ ਕੀ ਕੀਤਾ ਵੀ ਇਹਨੇ ਮੈਨੂੰ ਤਾਂ ਇੰਟਰ ਨਹੀਂ ਹੋਣ ਦੇਣਾ। ਮੈਂ ਬੰਦਾ ਇਹਨਾਂ ਦੇ ਹੀ ਖਰੀਦਾ। ਇਹ ਲੋਕ ਮਰੀਆਂ ਜ਼ਮੀਰਾਂ ਵਾਲੇ ਇਹ ਲੋਕ ਪੈਸੇ ਪਿੱਛੇ ਵਿਕਣ ਵਾਲੇ ਮੈਂ ਅੱਜ ਵੀ ਬੇਨਤੀ ਕਰੀ ਅਸੀਂ ਕੁਝ ਸਿੰਘ ਮਿਲਣਾ ਸੀ ਗਰੀਬੀ ਤੇ ਗਦਾਰੀ ਜੋ ਵੱਖੋ ਵੱਖਰੀਆਂ ਚੀਜ਼ਾਂ ਹੈ ਸਿੱਖੀ ਨੇ ਗਰੀਬੀ ਰੱਜ ਕੇ ਹੰਡਾਈ ਗਦਾਰੀ ਨਹੀਂ ਇਹ ਲੋਕ ਉਹ ਹੈ ਜਿਨ੍ਹਾਂ ਨੇ ਗਦਾਰੀਆਂ ਰੱਜ ਕੇ ਹੰਡਾਈਆਂ ਗਰੀਬੀ ਨਹੀਂ ਇਹ ਲੋਕ ਵਿਕੇ ਹੋਏ ਆ ਆਰਐਸਐਸ ਦੇ ਕੋਲੋਂ ਇਹਨਾਂ ਨੂੰ ਪੈਸਾ ਮਿਲਦਾ ਹੈ ਸਾਰੀ ਕੌਮ ਦੇ ਕੋਲ ਤੁਹਾਡੇ ਕੋਲ ਸਪਸ਼ਟ ਹੈ ਸਿੱਖੀ ਨੇ ਉਹ ਕੁਝ ਵੀ ਪਰਬਾਨ ਨਹੀਂ ਕੀਤਾ ਜੋ ਮ ਇਤਿਹਾਸ ਦੀ ਦੁਨੀਆ ਵਿੱਚ ਆਇਆ ਹੋਇਆ ਸੀ ਤੇ ਇਹ ਲੋਕ ਮੂੜ ਸਿੱਖੀ ਨੂੰ ਉਸ ਬੁੱਕਲ ਚ ਪਾ ਰਹੇ ਆ ਇਹਦਾ ਮਤਲਬ ਇਹ ਪਹਾੜੇ ਦੇ ਇੱਕ ਗਰਿੰਦੇ ਆ ਇਹ ਆਪਣੀਆਂ ਜ਼ਿੰਦਗੀਆਂ ਜ਼ਮੀਰਾਂ ਆਪਣਾ ਆਪਾ ਵੇਚਣ ਵਾਲੇ ਆ ਜਿਹੜੇ ਲੋਕ ਧਰਮ ਦਾ ਨਕਾਬ ਪਹਿਨ ਕੇ ਸਿੱਖੀ ਨੂੰ ਮੁੜ ਇੱਕ ਦਬਾਰੇ ਉਹਨਾਂ ਜੜਾਂ ਵਿੱਚ ਪਿਠਾਉਣ ਲੱਗੇ ਹੋਏ ਆ ਇਹਨਾਂ ਦੇ ਨਾਲ ਇਸ ਤਰ੍ਹਾਂ ਦਾ ਕਈ ਤਰ੍ਹਾਂ ਦਾ ਕਾਫਲਾ ਹੈ ਜਿਹੜਾ ਕਦੇ ਕੋਈ ਗੱਲ ਕਰ ਦਿੰਦਾ ਕਦੇ ਕੋਈ ਕਰ ਦਿੰਦਾ ਕੋਈ ਕਹਿ ਦਿੰਦਾ ਵੀ ਗੁਰੂ ਨਾਨਕ ਸਾਹਿਬ ਜੀ ਰਾਮਚੰਦਰ ਦੀ ਜੋਤ ਸਨ ਉਹਨਾਂ ਦਾ ਧਰਮ ਬਿਮਾਰਕ ਸਾਨੂੰ ਕਿਸੇ ਨਾਲ ਕੋਈ ਗੱਲ ਕਰਨ ਦੀ ਲੋਡ ਨਹੀਂ ਪਰ ਅਸੀਂ ਆਪਣਿਆਂ ਦੀ ਵੀ ਗੱਲ ਕਰਨੀ ਹੈ ਜੇ ਇੱਕ ਸੁਹਾਗਵਤੀ ਇਸਤਰੀ ਆਪਣੇ ਪਤੀ ਨਾਲ ਪਿਆਰ ਕਰਦੀ ਹੈ ਤਾਂ ਦੂਜਿਆਂ ਦੀ ਗੱਲਾਂ ਨਹੀਂ ਕਰਦੀ ਪਰ ਦੂਜਿਆਂ ਨੂੰ ਪਤੀ ਵਰਗਾ ਹੱਕ ਵੀ ਨਹੀਂ ਦਿੰਦੀ ਮੈਂ ਇਹ ਬੇਨਤੀ ਕਰਨੀ ਚਾਹਾਂਗਾ ਜਿਹੜੇ ਇਹ ਲੋਕ ਹੈ ਨਾ ਇਹ ਲਈ ਉੱਥੇ ਤਾਂ ਗਏ ਹੋਏ ਹਨ ਭਈ ਹਾਕਮੀ ਤੇ ਉਹਨਾਂ ਦੀ ਬੋਲੀ ਬੋਲ ਕੇ ਸਿੱਖ ਧਰਮ ਨੂੰ ਇਹੋ ਜੀ ਦਾਤੀ ਨਾਲ ਵੱਢ ਸਕਣ ਜਿਹਦੇ ਨਾਲ ਸਿੱਖ ਜਿਹੜਾ ਉਹ ਭਰੋਸਾ ਵੀ ਕਰੇ ਇਹਨਾਂ ਤੇ ਤੇ ਇਹ ਆਪਣੇ ਵੱਲੋਂ ਠੱਗਿਆ ਵੀ ਜਾਵੇ ਇਹ ਬੜੇ ਇਹੋ ਜਿਹੇ ਲੋਕ ਹੈ ਜਿਨ੍ਹਾਂ ਦੇ ਲਈ ਮੈਨੂੰ ਕੋਈ ਸ਼ਬਦ ਨਹੀਂ ਸੁਜ ਰਿਹਾ ਵੀ ਕੰਦੇ ਤੋਂ ਗੰਦਾ ਨੀਵੇਂ ਤੋਂ ਨੀਮਾ ਸ਼ਬਦ ਕੀ ਹੋ ਸਕਦਾ ਹੈ ਇਹ ਉਹ ਲੋਕ ਹੈ ਜਿਹੜੇ ਗੁਰੂ ਕਲ ਕੀ ਧਰ ਦੇ ਪੁੱਤਰਾਂ ਦੇ ਲਾਲ ਖੂਨ ਨੂੰ ਕਾਲੇ ੱੱਬੇ ਲਾ ਕੇ ਮੈਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਇਹ ਲੋਕੀ ਗੁਰੂ ਨਾਨਕ ਸਾਹਿਬ ਨੂੰ ਰਾਮ ਦੀ ਜੋਤ ਕਹਿਣ ਸਾਇਬ ਜਾਦਿਆਂ ਨੂੰ ਦੇਵਤਿਆਂ ਦਾ ਅਵਤਾਰ ਕਹਿਣ ਹਰਮਾਨ ਦਾ ਕਛ ਤੋਂ ਸਾਨੂੰ ਕੋਈ ਸ਼ਹਿਰਾ ਮਿਲਿਆ ਇਹਨਾਂ ਨੂੰ ਅਕਾਲ ਤੱਕ ਅੱਜ ਜਥੇਦਾਰ ਸੱਜਦੇ ਨਹੀਂ ਪਰ ਜਿਹੜੇ ਤਤ ਗੁਰਮਤ ਦਾ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਸਪਰੈਸ ਕੀਤਾ ਜਾਂਦਾ ਹੈ ਦਬਾਇਆ ਜਾਂਦਾ ਹੈ ਇਹ ਜਿਹੜੇ ਤਤ ਗੁਰਮਤ ਦੇ ਜਿਹੜੇ ਨਿਰੋਲ ਗੁਰਮਤ ਦਾ ਪ੍ਰਚਾਰ ਕਰ ਰਹੇ ਨੇ ਇਹਨਾਂ ਚੀਜ਼ਾਂ ਤੋਂ ਡਿਜੀਟਨ ਵਾਸਤੇ ਉਹਨਾਂ ਦੀ ਕੀ ਪਲੈਨਿੰਗ ਹੈ ਕਿ ਜੇ ਐਵੇਂ ਹੀ ਚੱਲਦਾ ਰਿਹਾ ਲਾਸਟ ਈਅਰ ਆਪਾਂ ਜੇ ਦੇਖੀ ਐਸੀ ਮਹੀਨੇ ਜੀ ਭਾਈ ਭਵਿੰਦਰ ਸਿੰਘ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਇਹ ਜਿਹੜਾ ਮਾਹੌਲ ਬਣਿਆ ਪਿਆ ਹੈ ਇਸ ਤੂ ਸਿੱਖੀ ਦਾ ਪ੍ਰਚਾਰ ਕਿਵੇਂ ਹੋਏਗਾ ਇਸ ਕੱਲ ਚ ਕੋਈ ਦੋਰਾਮਾ ਨਹੀਂ ਮੈਂ ਇਸ ਦਰਦ ਨੂੰ ਹੰਡਾ ਰਿਹਾ ਹਾਂ ਮੇਰੇ ਬੱਚੇ ਮੇਰਾ ਪਰਿਵਾਰ ਬੜੇ ਭੈ ਦੇ ਸਾਈ ਵਿੱਚੋਂ ਗੁਜ਼ਰ ਰਿਹਾ ਹੈ ਕਿਉਂ ਕਿਉਂਕਿ ਜਦੋਂ ਵੀ ਮੈਂ ਬੋਲਦਾ ਤਾਂ ਉਹ ਬਾਹਰ ਗੱਲ ਜਾਂਦੀ ਹੈ ਮੇਰੇ ਵਰਗੇ ਹੋਰ ਵੀ ਪ੍ਰਚਾਰਕ ਮੈਂ ਇਕੱਲੀ ਆਪਣੀ ਗੱਲ ਨਹੀਂ ਕਰ ਰਿਹਾ ਤਾਂ ਉਹਨਾਂ ਦੇ ਪਰਿਵਾਰਾਂ ਚ ਵੀ ਮੈਂ ਵਿਚਰਦਾ ਉਹ ਲੋਕ ਕੋਈ ਵੀ ਗੰਦੀ ਭਾਸ਼ਾ ਵਰਤ ਸਕਦੇ ਨੇ ਅਸੀਂ ਨਹੀਂ ਵਰਤ ਸਕਦੇ ਕਿਉਂਕਿ ਇਹ ਮੂੰਹ ਚੋਂ ਮੁੜਕਥਾ ਕਰਨੀ ਹੈ ਮੇਰੀ ਕੋਈ ਸ਼ਬਦਾਵਲੀ ਦੇਹੀ ਨਹੀਂ ਹੋ ਸਕਦੀ ਪਰ ਦੂਜੀ ਗੱਲ ਇਹ ਇਹਨਾਂ ਲੋਕਾਂ ਨੇ ਕੋਈ ਵੀ ਡਟਤਮਕ ਧਮਕੀ ਦੇ ਸਕਨੇ ਕੁਝ ਵੀ ਕਰ ਸਕਨੇ ਜਿਹੜਾ ਅੱਜ ਸਿੱਖੀ ਦਾ ਮਾਹੌਲ ਚੱਲ ਰਿਹਾ ਹੈ ਉਹ ਬੜਾ ਭੈ ਵਿੱਚ ਬੜਾ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਪਰ ਫਿਰ ਵੀ ਉਹਨਾਂ ਪ੍ਰਚਾਰਕਾਂ ਦਾ ਧੰਨਵਾਦ ਜਿਹੜੇ ਆਪਣੀ ਜਾਨ ਤਲੀ ਤੇ ਰੱਖ ਕੇ ਸੱਚ ਦੇ ਪੰਧ ਹੀ ਬਣ ਕੇ ਤੁਰ ਰਹੇ ਇਹਨਾਂ ਲੋਕਾਂ ਦੀ ਸੋਚ ਇਹੋ ਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤ ਕੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਅਰਥ ਮਰੋੜ ਕੇ ਉਹਨਾਂ ਪੁਰਾਤਨ ਗ੍ਰੰਥਾਂ ਦੇ ਹਵਾਲੇ ਲੈ ਕੇ ਬਾਬਿਆਂ ਦੀਆਂ ਓਟ ਆਸਰਿਆਂ ਵਿੱਚ ਸ਼ਹੀਦਾਂ ਦੀਆਂ ਫੋਟੋਆਂ ਦੇ ਪਿੱਛੇ ਬੈਠ ਕੇ ਇਤਿਹਾਸਕੋ ਗੱਲਾਂ ਇਹੋ ਜਿਹੀਆਂ ਕਰਕੇ ਤੇ ਇਹ ਜਿਹੜੇ ਆ ਇਹਨਾਂ ਚੀਜ਼ਾਂ ਦਾ ਸਹਾਰਾ ਲੈ ਕੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਦੇ ਥਾਲੀਆਂ ਦੇ ਨਾਲ ਚੜੇ ਹੋਏ ਸੂਰਜ ਨੂੰ ਛਪਾਇਆ ਨਹੀਂ ਜਾ ਸਕਦਾ ਇਹ ਸਾਡੀ ਇੱਕ ਭੁੱਲ ਹੈ ਅਸੀਂ ਥਾਲੀਆਂ ਲੈ ਕੇ ਸੂਰਜ ਨੂੰ ਛਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਨਹੀਂ ਮੇ ਛੁਪਣਾ ਨਹੀਂ ਹੈ ਜਿਵੇਂ ਕਿ ਭਾਈ ਪੰਥਪ੍ਰੀ ਸਿੰਘ ਉਹਨਾਂ ਨੂੰ ਉਹਨਾਂ ਦੇ ਉੱਤੇ ਅਟੈਕ ਵੀ ਹੋਇਆ ਉਸ ਦੇ ਬਾਵਜੂਦ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਤੁਸੀਂ ਵਾਪਸ ਆ ਜਾਓ ਕਿ ਤੁਹਾਨੂੰ ਨਹੀਂ ਲੱਗਦਾ ਹੈ ਕਿ ਸੂਰਜ ਨੂੰ ਤੁਸੀਂ ਜਿਹੜੀ ਕਹਿ ਰਹੇ ਹੋ ਦਿਖਾਨ ਵਾਲੀ ਗੱਲ ਹੈ ਕੋਈ ਤੋ ਰਹਾ ਨਹੀਂ ਇਸ ਗੱਲ ਕਿਉਂਕਿ ਜਿਹੜੀ ਇਹ ਸਾਰੀ ਇੱਕ ਸਿਸਟਮ ਹੈ ਨਾ ਬਣਿਆ ਹੋਇਆ ਉਹਦੇ ਵਿੱਚ ਉਹਨਾਂ ਨੂੰ ਆਗਿਆ ਹੀ ਨਹੀਂ ਹੈ ਵੀ ਤੁਸੀਂ ਭਾਈ ਪੰਤਪ੍ਰੀਤ ਸਿੰਘ ਹੋ ਰੌਣਕ ਆਵਾਜ਼ ਮਾਰ ਸਕੋ ਉਹਨਾਂ ਨੂੰ ਦੂਜੇ ਨੂੰ ਆਵਾਜ਼ ਮਾਰ ਸਕੋ ਉਹਨਾਂ ਨੇ ਮਸਲਾ ਆਵਾਜ਼ ਮਾਰਨ ਦਾ ਨਹੀਂ ਹੈ ਮਸਲਾ ਇਹ ਹੈ ਵੀ ਜਿਹੜੇ ਅਕਾਲ ਤਖਤ ਸਭਾ ਤੇ ਬੈਠੇ ਦੋਸ਼ੀ ਕਿਹਨਾਂ ਨੂੰ ਮੰਨ ਰਹੇ ਹੈ ਭਾਈ ਪੰਤਪ੍ਰੀਤ ਸਿੰਘ ਨੂੰ ਆਵਾਜ਼ ਮਾਰਨੀ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਤੁਸੀਂ ਵਾਪਸ ਪਰਤ ਆਓ ਇਸ ਕੱਲ ਦਾ ਸੂਚਕ ਹੈ ਆਪਣੇ ਆਪ ਚ ਵੀ ਇਹਨਾਂ ਦੀਆਂ ਨਜ਼ਰਾਂ ਚ ਪਾਈ ਪੰਥ ਪ੍ਰੇਮਿਕ ਦੋਸ਼ੀ ਹੈ ਇਹਦੀ بجائے ਹੋਣਾ ਹੀ ਚਾਹੀਦਾ ਸੀ ਵੀ ਜੇ ਇਹ ਪ੍ਰਚਾਰ ਕਰਨੇ ਆਖਰ ਜਿਸ ਕਮੇਟੀ ਨੇ ਜਿਸ ਸੰਗਤ ਨੇ ਉਹਨਾਂ ਨੂੰ ਸੱਦੇ ਆ ਉਹਨਾਂ ਨੂੰ ਸੁਣ ਲੈਣ ਦਿਓ ਤੁਸੀਂ ਨਾ ਜਾਓ ਗੁਰਦੁਆਰਾ ਸਾਹਿਬ ਨੈਕਸਟ ਟਾਈਮ ਉਹ ਜੋ ਕੁਝ ਗਲਤ ਬੋਲ ਕੇ ਗਏ ਹੈ ਤੁਸੀਂ ਆਪਣੇ ਤੌਰ ਤੇ ਨੋਟ ਕਰੋਨ ਅਗਲੀ ਵਾਰੀ ਤੁਸੀਂ ਹੋਰ ਕੋਈ ਤੁਹਾਨੂੰ ਸਿਆਣਾ ਪ੍ਰਚਾਰਕ ਲੱਭਦਾ ਉਹਨਾਂ ਨੂੰ ਬੁਲਾ ਕੇ ਉਹਨਾਂ ਕੋਲੋਂ ਪ੍ਰਚਾਰ ਕਰਵਾ ਲਓ ਉਹ ਤੁਹਾਨੂੰ ਕਦੇ ਵੀ ਨਹੀਂ ਰੋਕਦੇ ਪਰ ਤੁਸੀਂ ਕੱਲੀ ਇੱਕ ਧਿਰੋ ਜਿਹੜੀ ਉਹਨਾਂ ਨੂੰ ਰੋਕ ਰਹੀ ਹੋ ਇਹਦਾ ਮਤਲਬ ਤੁਸੀਂ ਵਿਚਾਰ ਨਹੀਂ ਤੁਸੀਂ ਕਰਨਾ ਹੀ ਟਕਰਾਰ ਚਾਹੁੰਦੇ ਹੋ ਸਿਰਫ ਵਿਚਾਰ ਸ਼ਬਦ ਵਰਤਦੇ ਹੋ ਅਸਲ ਭਾਵਨਾ ਟਕਰਾਰ ਕਰਨ ਦੀ ਜਿ ਤੁਹਾਨੂੰ ਲੱਗਦਾ ਕਿਥੇ ਨਾ ਕਿਥੇ ਹੈ ਜਥੇਦਾਰਾਂ ਵੱਲੋਂ ਹੀ ਇਹ ਜਿਹੜਾ ਸਾਰਾ ਇਹਦਾ ਜਿਹੜਾ ਗਰਾਊਂਡ ਤਿਆਰ ਕੀਤਾ ਹੈ ਵੀ ਉਹਨਾਂ ਦਾ ਬਹੁਤ ਵੱਡਾ ਹੱਲ ਸੀਗਾ ਇੱਕ ਪਾਸੇ ਉਹ ਕਹਿੰਦੇ ਨੇ ਭਾਈ ਪੰਦਪ੍ਰੀਤ ਸਿੰਘ ਨੂੰ ਜੇ ਕਥਾਕਰਨ ਨਹੀਂ ਹੈਗੀ ਤਾਂ ਜਰਮਨੀ ਪਹਿਲੇ ਸੰਘਤਾ ਦੇ ਸਵਾਲ ਲੋ ਜੇ ਤੁਹਾਨੂੰ ਸੰਤੁਸ਼ਟੀਪਰਿਵਰ ਜਵਾਬ ਦੇ ਦਿੰਦੇ ਨੇ ਤਾਂ ਤੁਸੀਂ ਪ੍ਰਚਾਰ ਕਰੋ ਕਿ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਜਿਹੜੇ ਉਹਨਾਂ ਨੂੰ ਅਟੈਕ ਕਰ ਰਹੇ ਨੇ ਉਹਨਾਂ ਨੂੰ ਇੱਕ ਗਰਾਊਂਡ ਤਿਆਰ ਕਰਕੇ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਉਹਨਾਂ 'ਤੇ ਅਟੈਕ ਕਰੋ ਬਿਲਕੁਲ ਇਸ ਕੱਲ 'ਚ ਕੋਈ ਤੋੜਾ ਨਹੀਂ ਇਹ ਇਸੇ ਤਰ੍ਹਾਂ ਦੀ ਇੱਕ ਸ਼ੈ ਹੈ ਸ਼ੈ ਔਰ ਦੂਜੀ ਗੱਲ ਇਹ ਮੈਂ ਬੇਨਤੀ ਕਰਨੀ ਚਾਹਨਾ ਹੈ ਪਈ ਪਈ ਪੰਤ ਪ੍ਰੀਤ ਸਿੰਘ ਹੋਰਾਂ ਨਾਲ ਜਾਂ ਕਿਸੇ ਵੀ ਪ੍ਰਚਾਰਕ ਨਾਲ ਜੀ ਕਿਸੇ ਨੇ ਗੱਲ ਕਰਨੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਸਿੱਖੀ 'ਚ ਕੋਈ ਉੱਚਾ ਨਹੀਂ ਮੈਂ ਸਾਰੇ ਬਰਾਬਰ ਸਾਰਿਆਂ ਨੂੰ ਹੱਕ ਹੈ ਇਸ ਗੱਲ ਦਾ ਪਰ ਫਿਰ ਵੀ ਕੋਈ ਸੁਣਝਿਆ ਹੋਇਆ ਬੰਦਾ ਜਾਂ ਕੌਮੀ ਸਵਾਲ ਜਾਂ ਜਿਨ੍ਹਾਂ ਦੇ ਵੀ ਸਵਾਲ ਹੈ ਉਹ ਉਹਨਾਂ ਨੂੰ ਸਹੀ ਢੰਗ ਨਾਲ ਉੱਤੇ ਤਰਜਮਾਨੀ ਕਰੇ ਪਰ ਉਹਨਾਂ ਦੇ ਪ੍ਰਚਾਰਕ ਕਹਿੰਦੇ ਨੇ ਗੁਰਪ੍ਰੀਤ ਕੈਲੀਫੋਰਨੀਆ ਵਰਗੇ ਕਿਪ ਚੈਪ ਪ੍ਰੋਫੈਸਰ ਤੁੰਦਾ ਹੋਣ ਚਾਏ ਭਾਈ ਪੰਤ ਪੀਸਿੰਗੋ ਨੇ ਸਾਡੇ ਸਵਾਲ ਹੀ ਨਹੀਂ ਲੈਂਦੇ ਆ ਭੱਜ ਜਾਂਦੇ ਨੇ ਐ ਦੀ ਵਿੱਚ ਕਿੰਨੀ ਕੀ ਸੱਚਾਈ ਹੈ ਇਹਦੇ 'ਚ ਬਿਲਕੁਲ ਵੀ ਸੱਚਾਈ ਨਹੀਂ ਹੈ ਕਿਉਂ ਡਰੇ ਤਾਂ ਉਹ ਜਿਹਦੇ ਕੋਲ ਜਿਹਦੀ ਝੋਲੀ ਵਿੱਚ ਸੱਚ ਨਾ ਹੋਵੇ ਜਿਹਦੀ ਝੋਲੀ ਵਿੱਚ ਸੱਚ ਹੈ ਉਹਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਉਹਨੂੰ ਪਤਾ ਹੈ ਵੀ ਤੁਸੀਂ ਦੋ ਬੰਦੀਆਂ ਤੋਂ ਡਰਾ ਕੇ ਕਹਾਦੇ ਹੋਗੇ ਪਰ ਜਮਾਨਾ ਤੇ ਕਹੇਗਾ ਨਾ ਸੋਨਾ ਸੋਨਾ ਗੁਰका ਸ਼ਬਦ ਰਤਾਨ ਸਾਰੀ ਦੁਨੀਆ ਕਹੇਗੀ ਹੁਣ ਕਿੱਥੇ ਤਾਂ ਤੁਸੀਂ ਉਹਨਾਂ ਲੋਕਾਂ ਦੀਆਂ ਗੱਲਾਂ ਸੁਣਾ ਰਹੇ ਹੋ ਵੀ ਇਹਨਾਂ ਨੇ ਸੰਤਰੀ ਸਵਰਗ ਦੇ ਲੈ ਕੇ ਖੁਆਏ ਕਿਸੇ ਦੀ ਇੱਕ ਕੁੱਤੀ ਨੂੰ ਇੰਗਲੈਂਡ ਦੀ ਰਾਣੀ ਬਣਾ ਦਿੱਤਾ ਹੁਣ ਇਹ ਤਾਂ ਕੂੜ ਹੈ ਇਹਨੂੰ ਤੁਸੀਂ ਸੰਸਾਰ ਸਾਹਮਣੇ ਕਿਵੇਂ ਸੱਚ ਪ੍ਰਗਟ ਕਰੋਗੇ ਪਰ ਜਦੋਂ ਇਹਦੀਆਂ ਪਰਤਾਂ ਦੇਡੀਆਂ ਜਾ ਰਹੀਆਂ ਜੋ ਕੁਰਬਾਨੀ ਦਾ ਸੱਚ ਹੈ ਉਹ ਜਦੋਂ ਤੁਹਾਡੇ ਸਾਹਮਣੇ ਆ ਰਿਹਾ ਹੈ ਤੇ ਉਹ ਤੁਸੀਂ ਸੱਚ ਪ੍ਰਗਟ ਨਹੀਂ ਹੋਣ ਦੇ ਰਹੇ ਅਸੀਂ ਸਵਾਲਾਂ ਤੋਂ ਕਿਉਂ ਭੱਜਣਾ ਹੈ ਪਰ ਤੁਹਾਡੀ ਇੱਕ ਆਦਤ ਹੈ ਉਸ ਤੇ ਰਿਕ ਆਦਤ ਹੈ ਉਹ ਗੱਲ ਸ਼ੁਰੂ ਕਰਨਗੇ ਕਿਤੋਂ ਤੇ ਜਾਣ ਕੇ ਕਿਤੇ ਗੁਰਮਤ ਪ੍ਰਚਾਰ ਦੀ ਲੜਾਈ ਮਨਮਤ ਤੇ ਗੁਰਮਤ ਦੀ ਲੜਾਈ ਮਸ਼ਨੀਆਂ ਤੇ ਇੱਕ ਧਿਰ ਦੀ ਬਣਾ ਕੇ ਰੱਖ ਲਈ ਐ ਇਸ ਵੇਲੇ ਹੁਣ ਲੋਕ ਮਸ਼ਨੀਆਂ ਤੇ ਇਸ ਧਿਰ ਦੀ ਲੜਾਈ ਨੂੰ ਦੇਖ ਰਹੇ ਆ ਗੁਰਮਤ ਤਾਂ ਵਿੱਚੋਂ ਫੇਰ ਭੁੱਲ ਗਈ ਲੜਾਈ ਅਸਲ ਵਿੱਚ ਗੁਰਮਤ ਤੇ ਮਨਮਤ ਦੀ ਐ ਜਿਵੇਂ ਤੁਸੀਂ 베ਰੀ ਦੀ ਗੱਲ ਕੀਤੀ ਤੇ ਉਹ ਕਹਿੰਦੇ ਦੋ ਪੰਜਨੀ 베ਰੀ ਦੀ ਉਹ ਕਰਾਮਾਤ ਨਾਲ ਜੋੜ ਦਿੰਨੇ ਜਿਵੇਂ ਪਿੱਛੇ ਭਾਈ ਰਣਜੀਤ ਸਿੰਘ ਉਹਨਾਂ ਨੇ ਪੋਰੇ ਨੂੰ ਰਿਜੈਕਟ ਕੀਤਾ ਤੇ ਉਹ ਗੁਰੂ ਸਾਹਿਬ ਨੂੰ ਪੋਰੇ ਚ ਬਿਠਾਣਾ ਚਾਹੁੰਦੇ ਨੇ ਇਦੇ ਵਿੱਚ ਲੱਗਦੇ ਨਹੀਂ ਕਿ ਕਦੀ ਆਪਸ ਦੇ ਵਿੱਚ ਇਹ ਥਾਟ ਕਦੀ ਆਪਸ ਵਿੱਚ ਮਿਲ ਬਣ ਗਏ ਤੇ ਕਲੈਸ਼ ਦੀ ਗੱਲ ਹੈ। ਦੇਖੋ ਮੈਂ ਤੁਸੀ ਗੱਲ ਛੇੜੀ ਜੇ ਮੈਂ ਗੱਲ ਕਰਨੀ ਚਾਹੁੰਦਾ। ਬੜੇ ਧਿਆਨ ਨਾਲ ਸੁਣੋ ਵੀ ਇੱਕ ਚੀਜ਼ ਭਰਾਵਾਂ ਨੂੰ ਜੰਗ ਨੂੰ ਕਦੀ ਰੋਕਿਆ ਰੋਕਿਆ ਜਾ ਸਕਦਾ ਹੈ ਕਿ ਇਹ ਕਿਵੇਂ ਨੂੰ ਰੋਕਿਆ ਜਾ ਸਕਦਾ ਹੈ। ਹਾਂ ਮੈਂ ਉਹੀ ਸਾਂਝੀ ਗੱਲ ਕਰਨ ਲੱਗਾ। ਤੁਸੀਂ ਇੱਕ ਗੱਲ ਦੇਖਿਓ। ਮੈਂ ਦੋ ਚਾਰ ਤੁਹਾਨੂੰ ਉਦਾਹਰਣਾਂ ਦਿੰਦਾ। ਤੁਸੀਂ ਆਪ ਦੇਖਿਓ ਵੀ ਇੱਕ ਗੱਲ ਸਾਡਾ ਸਿੱਖੀ ਦਾ ਵਿਰਸਾ ਕਿਵੇਂ ਤਬਾਹ ਕਰ ਰਹੀ ਹੈ। ਤੇ ਇਹ ਲੋਕ ਜਿਹੜੇ ਕੂੜ ਨੂੰ ਮਿੱਠਾ ਕਰਕੇ ਪਰੋਸ ਰਹੇ ਆ ਤੇ ਆਮ ਲੋਕਾਂ ਨੂੰ ਗੁੰਮਰਾਹ ਕਿਵੇਂ ਕਰ ਰਹੇ ਆ ਮੈਂ ਕਿ ਦੁਖਪੰਜਨੀ 베ਰੀ ਦੀ ਗੱਲ ਕੀਤੀ ਵੀ ਦੁਖਪੰਜਨੀ 베ਰੀ ਤੁਸੀਂ ਇੰਨੀ ਪ੍ਰਗਟ ਕਰ ਦਿੱਤੀ ਦੁਖਪੰਜਨੀ 베ਰੀ ਨੇ ਸਾਡਾ ਨੁਕਸਾਨ ਕੀ ਕੀਤਾ ਮੈਂ ਉਹ ਪੱਖ ਤੁਹਾਡੇ ਨਾਲ ਪਹਿਲਾਂ ਸਾਂਝੀ ਕਰਨ ਲੱਗਾ ਫਿਰ ਮੈਂ ਤੁਹਾਨੂੰ ਇਹ ਮੈਂ ਦੁਖਪੰਜਨੀ 베ਰੀ ਦੇ ਖਿਲਾਫ ਨਹੀਂ ਪਹਿਲੀ ਗੱਲ ਤਾਂ ਇਹ ਨੋਟ ਕਰੋ ਦੂਜੀ ਗੱਲ ਇਹਦੇ ਥੱਲੇ ਸਾਡਾ ਵਿਰਸਾ ਕਿੰਨਾ ਉੱਜੜ ਗਿਆ ਮੈਂ ਸਿਰਫ ਉਹ ਤੁਹਾਨੂੰ ਦਿਖਾਉਣਾ ਚਾਹੁੰਦਾ ਨੰਬਰ 1 ਕਿ ਇਹਨੂੰ ਕਹਿ ਸਕਦੇ ਦੁੱਖਪੰਜਰੀ ਮੇਰੇ ਨੂੰ ਹਰ ਕੀ ਪੋੜੀ ਦੀ ਕਾਪੀ ਕਹਿ ਸਕਦੇ ਆ ਨਹੀਂ ਇੱਕ ਵੱਖਰਾ ਪੱਖ ਹੈ ਉਹ ਉਹ ਇੱਕ ਵੱਖਰਾ ਪੱਖ ਹੈ ਹੈ ਇਹਨਾਂ ਦੀਆਂ ਜੜਾਂ ਇੱਕ ਜਗ੍ਹਾ ਤੇ ਜਾ ਕੇ ਇਕੱਠੀਆਂ ਹੋ ਜਾਣਗੀਆਂ ਕਿਉਂਕਿ ਮਨੁਸ਼ਾ ਗੁਰਮਤਿ ਨੂੰ ਲਾਭੇ ਕਰਨ ਦੀ ਹੀ ਹੈ ਨੰਬਰ 1 ਤੁਸੀਂ ਕਰੇ ਦੇਖੋ ਦਰਬਾਰ ਸਾਹਿਬ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਜਿੱਥੇ ਦੁੱਖਪੰਜਰੀ 베ਰੀ ਹੈ ਉਤੋਂ ਚੰਦ ਕਦਮ ਅੱਗੇ ਜਾ ਕੇ ਇੱਕ ਵਜ਼ੀਰ ਖਾਂ ਆਇਆ ਸੀ ਉਹਦਾ ਸਤਗੁਰੂ ਜੀ ਨੇ ਉੱਥੇ ਇਲਾਜ ਕੀਤਾ ਸੀ ਜਿੱਥੇੋਂ ਮਿਲਿਆ ਉੱਥੇ ਅੱਜ ਵੀ ਬੋਰਡ ਲੱਗਿਆ ਹੋਇਆ ਕਿਸੇ ਨੂੰ ਉਸ ਬੋਰਡ ਦਾ ਪਤਾ ਨਹੀਂ ਹੈ ਅੱਜ ਵੀ ਉੱਥੇ ਇੱਕ ਬੋਰਡ ਲੱਗਿਆ ਹੋਇਆ ਹੈ ਦੁੱਖਪੰਜਨੀ ਬੇਰੀ ਤੋਂ ਚੰਦ ਕਦਮ ਅੱਗੇ ਜਾ ਕੇ ਸਾਡਾ ਵਿਰਸਾ ਤਬਾਹ ਹੋ ਗਿਆ ਵਜ਼ੀਰ ਖਾਂ ਦੀ ਗੱਲ ਸਾਹਮਣੇ ਨਹੀਂ ਆ ਸਕੀ ਉਹੀ ਵਜ਼ੀਰ ਖਾਂ ਜਿਹੜਾ 6ਵੇਂ ਪਾਤਸ਼ਾਹ ਨੂੰ ਗੁਆਲੀਅਰ ਦੇ ਕਿਲੇ ਵਿੱਚੋਂ ਨੂਰ ਜਹਾਨ ਨਾਲ ਗੱਲ ਕਰਕੇ ਛੁਵਾਣ ਵਿੱਚ ਤੇ ਉਹਦੀ ਰਿਹਾਈ ਵਿੱਚ ਹਿੱਸੇਦਾਰ ਹੈ ਨੰਬਰ 1 ਸਾਡਾ ਇਹ ਗੱਲ ਗਈ ਨੰਬਰ 2 ਅਸੀਂ ਸਰੋਵਰ 'ਚ ਵੀ ਵਿਤਕ ਰਖੜਾ ਕਰਤਾ ਇੱਥੇ ਇਸ਼ਨਾਨ ਕਰੋਗੇ ਤੇ ਕੁਝ ਪ੍ਰਾਪਤੀ ਹੋਏਗੀ ਅੱਜ ਸੇ ਪਸੇ ਜਗਾ ਖਾਲੀ ਪਈ ਐ ਉੱਥੇ ਕੋਈ ਸ਼ਨਾਨ ਦਾ ਮਸਲਾ ਨਹੀਂ ਇੱਕ ਸਰੋਵਰ ਵੀ ਵੰਡਿਆ ਵੰਡਿਆ ਗਿਆ ਵੀ ਇੱਥੇ ਪਵਿੱਤਰ ਹੈ ਉੱਥੇ ਅਪਵਿੱਤਰ ਹੈ ਤੀਜੀ ਗੱਲ ਉਸੇ ਪ੍ਰਕਰਮਾਂ ਵਿੱਚ ਤਿੰਨ 베ਰੀਆਂ ਹੋਰ ਐ ਤਿੰਨ 베ਰੀਆਂ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜਦੋਂ ਲਿਜਾ ਕੇ ਲਾਚੀ 베ਰੀ ਨਾਲ ਬੰਨਦੇ ਆਪਣੇ ਘੋੜੇ ਅੰਦਰੋਂ ਮੱਛੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਜਾਣੇ ਕਦੇ ਕਿਸੇ ਨੇ ਉਸ 베ਰੀ ਦੀ ਗੱਲ ਕੀਤੀ ਉਸ 베ਰੀ ਦਾ ਸਿੱਖ ਜਗਤ ਨੂੰ ਪਤਾ ਵੀ ਨਹੀਂ ਹੈ ਖਿਆਲ ਵੀ ਨਹੀਂ ਕਿਸੇ ਨੂੰ ਵੀ ਉਹ ਵੀ ਇੱਕ 베ਰੀ ਹੈ ਉਹ ਸਿਰਫ ਦੁੱਖ ਭੰਜਨੀ 베ਰੀ ਨਹੀਂ ਉਹ 베ਰੀ ਲਕੋਣੀ ਬਾਬਾ ਬੁੱਢਾ ਜੀ ਬਾਬਾ ਬੁੱਢਾ ਜੀ ਅੱਗੇ ਆ ਕੇ ਗੱਲ ਕਰਨੀ ਬਾਬੇ ਬੁੱਢੇ ਦੀ 베ਰੀ ਹੈ ਜਿੱਥੇ ਬੈਠ ਕੇ ਬਿਰਧ ਅਵਸਥਾ ਵਿੱਚ ਸਿੱਖ ਸੰਗਤਾਂ ਦੇ ਕੋਲੋਂ ਦਰਬਾਰ ਸੇਵ ਜੀ ਸੇਵਾ ਕਰਵਾ ਰਹੇ ਆ ਤੇ ਅੱਜ ਜਿਹੜਾ ਬੁਢੇਪਾ ਪਿੰਡਾਂ ਚ ਰੁੜਦਾ ਫਿਰਦਾ ਹੈ ਉਹਨੂੰ ਕਿੱਡਾ ਸੁਨਹਿਰੀ ਸਨੇਹਾ ਸੀ ਬਾਬੇ ਬੁੱਢੇ ਵਾਂਗੂ ਐ ਜਬੀਰੀ ਦੇ ਕੋਲ ਆ ਕੇ ਬੈਠੋ ਗੁਰਮਤਿ ਤੁਸੀਂ ਪਹਿਲਾਂ ਤਨ ਨਾਲ ਮਨ ਨਾਲ ਸੇਵਾ ਕਰ ਰਹੇ ਹੋ ਐਸੇ ਵੇਲੇ ਸੋਚ ਨਾਲ ਵੀ ਸੇਵਾ ਕਰ ਸਕਦੇ ਹੋ ਸਾਡਾ ਵਿਰਸਾ ਚੱਲ ਗਿਆ ਨੰਬਰ 1 ਦੂਜੀਆਂ ਬੇਰੀਆਂ ਲੋਕ ਗਈਆਂ ਨੰਬਰ 3 ਕੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਪੁੱਤਰ ਖੁਦ ਗੁਰੂ ਹਰਗੋਬਿੰਦ ਸਾਹਿਬ ਜੀ ਚੇਤਕਲੀ ਬਿਮਾਰੀ ਨਾਲ ਉਹਨਾਂ ਨੂੰ ਹੱਲਾ ਆਇਆ ਤੇ ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਉੱਥੇ ਧੁਕਪੰਨੀ ਬੇਰੀ ਕੋਲ ਸ਼ਰਨ ਕਰਵਾਇਆ ਉਹਨਾਂ ਨੇ ਕਿਉਂ ਨਹੀਂ ਕਰਵਾਇਆ ਅਗਲੀ ਗੱਲ ਜਦੋਂ ਆਪਾਂ ਘੁੰਮ ਕੇ ਦਰਬਾਰ ਸਿਬ ਜਾਣੇ ਆ ਦਰਬਾਰ ਸਿਬ ਦੇ ਵਿੱਚੋਂ ਸ਼ਬਦ ਪੜਿਆ ਜਾ ਰਿਹਾ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਸਿੱਖੋ ਸੁਣੇਗਾ ਹੀ ਨਹੀਂ ਮੈਂ ਤਾਂ ਦੁਖ ਭੰਜਨੀ ਕੋਲ ਇਸ਼ਨਾਨ ਕਰ ਆਇਆ ਮੇਰੇ ਤਾਂ ਦੁੱਖ ਮਿੰਟ ਜਾਣਗੇ ਉਹਦੇ ਅੰਦਰ ਦਾ ਹਉਮੈ ਦਾ ਰੋਗ ਉਹਦੇ ਅੰਦਰ ਦੇ ਤ੍ਰਿਸ਼ਨਾ ਦਾ ਰੋਗ ਉਹ ਤਾਂ ਗੁਰਬਾਣੀ ਪੜ ਕੇ ਖਤਮ ਹੋਣਾ ਸੀ ਜਦੋਂ ਗੁਰਬਾਣੀ ਕੋਲ ਬੈਠਾ ਸਿੱਖ ਪੜ ਰਿਹਾ ਹੈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਮੇਰੇ ਅੰਦਰ ਦੀ ਜੀਵਨ ਦੀ ਝਟਕਣਾ ਖਤਮ ਹੋਣੀ ਜਦੋਂ ਮੈਂ ਗੁਰਬਾਣੀ ਪੜਾਂਗਾ ਸੁਣਾਗਾ ਗੁਰਬਾਣੀ ਗਾਵੇ ਭਾਈ ਉਹ ਸਫਲ ਸਰ ਦਾ ਸੁਖ ਦਾਈ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ ਜਾਂ ਦੁਖ ਰੋਗ ਸੰਤਾ ਪੁੱਤਰੇ ਸੋਹਣੀ ਸੱਚੀ ਬਾਣੀ ਮੇਰੇ ਅੰਦਰੂਨੀ ਰੋਗਾਂ ਦਾ ਇਲਾਜ ਹੋ ਜਾਣਾ ਸੀ ਉੱਤੇ ਜਾ ਕੇ ਪਰ ਮੈਂ ਉਹ ਸੋਣ ਨਹੀਂ ਦਿੱਤਾ ਮੈਂ ਤੇ ਦੁੱਖ ਭੰਜ ਨਹੀਂ 베ਰੀ ਕੋਲ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਸਮਝਣ ਲੱਗ ਪਿਆ ਬਟ ਉਹ ਇੱਕ ਆਰਗੂਮੈਂਟ ਦਿੰਦੇ ਨੇ ਉਹਨਾਂ ਦਾ ਕਿ ਜਿਹੜੇ ਤਤ ਗੁਰਮੰਦ ਹੈ ਜਿਹੜੇ ਮਿਸ਼ਨਰੀ ਹੀ ਰਹਿ ਗਏ ਨੇ ਉਹਨਾਂ ਦੇ ਵਿੱਚ ਭਾਵਨਾਤਮਾ ਨਹੀਂ ਹੈਗੀ ਉਹ ਹਰ ਚੀਜ਼ ਨੂੰ ਤਰਕ ਨਾਲ ਜੋੜ ਦਿੰਦੇ ਨੇ ਪਰ ਤੇ ਜੇ ਸਿੱਖੀ ਵਿੱਚ ਭਾਵਨਾ ਨਹੀਂ ਸ਼ਰਧਾ ਨਹੀਂ ਤੋ ਫਿਰ ਉਹ ਫਿਰ ਪਕਤੀ ਕੀ ਵੀ ਹੋ ਸਕਦੀ ਮੇਰੀ ਬੇਨਤੀ ਇਹ ਮੈਂ ਤਰਕ ਕਰ ਰਿਹਾ ਜਾਂ ਬਾਕੀ ਵਿਰਸਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਮੈਂ ਕਹਿੰਦਾ ਐਸੇ 베ਰੀ ਤੱਕ ਨਾ ਰੁਕ ਜਾਇਓ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਚ ਬਹੁਤ ਕੁਝ ਅਣਮੁੱਲਾ ਪਿਆ ਪ੍ਰੋਫੈਸਰ ਪੂਰਨ ਸਿੰਘ ਦੇ ਵਾਂਗੂ ਬਈ ਤੁਸੀਂ ਇੱਕ ਇੱਕ ਕਦਮ ਬਚਾ ਕੇ ਰੱਖਿਓ ਕਿਉਂਕਿ ਇੱਕ ਇੱਕ ਸਿੱਲ ਦੇ ਥੱਲੇ ਕਿਸੇ ਸ਼ਹੀਦ ਦਾ ਦਿਲ ਧੜਕਦਾ ਉਹ ਇੱਕ ਸਿੱਲ ਵਿੱਚੋਂ ਵੀ ਦਰਬਾਰ ਸਾਹਿਬ ਦੇ ਪਵਿੱਤਰਤਾ ਪਾਕੀਜ਼ਗੀ ਨੂੰ ਦੇਖ ਰਹੇ ਆ ਇਹਦੇ ਪਿੱਛੇ ਕਿੰਨੀਆਂ ਕੁਰਬਾਨੀਆਂ ਹੋਈਆਂ ਉਹਨਾਂ ਕੁਰਬਾਨੀਆਂ ਨੂੰ ਉਹਨਾਂ ਸਭ ਕੁਝ ਨੂੰ ਕਿਸੇ ਇੱਕ ਬੀਰੀ ਪਿੱਛੇ ਨਾ ਭੁਲਾ ਦਿਓ ਮੈਂ ਸਿਰਫ ਇੰਨੀ ਗੱਲ ਕਰਨਾ ਚਾਹੁੰਦਾ ਸੀ ਇੱਕ ਪੁਆਇੰਟ ਮੈਂ ਤੁਹਾਨੂੰ ਹੋਰ ਦੇ ਕੇ ਫਿਰ ਤੁਹਾਡਾ ਵਕਤ ਹੈ ਮੇਰੀ ਬੇਨਤੀ ਹੈ ਵੀ ਮੈਂ ਤਾਂ ਸਿਰਫ ਬੀਰੀ ਦੀ ਗੱਲ ਹੀ ਕੀਤੀ ਸੀ ਤੁਸੀਂ ਤੜਫ ਉੱਠੇ ਮੈਂ ਤੋੜਨ ਦੀ ਭੰਨਣ ਦੀ ਕੋਈ ਗੱਲ ਨਹੀਂ ਕੀਤੀ ਨਾ ਮੈਂ ਕਦੇ ਕਰ ਸਕਣਾ ਇੱਕ 베ਰੀ ਪਿਛੇ ਇਹਨਾਂ ਤੜਫੁੱਟੇ ਦੀ ਗੱਲ ਕਹਿਣ ਦੇ ਉੱਤੇ ਤੇ ਜਿਨ੍ਹਾਂ ਲੋਕਾਂ ਨੇ ਠੰਡਾ ਬੁਰਜ ਧਾਤਾ ਜਿਨ੍ਹਾਂ ਲੋਕਾਂ ਨੇ ਸੁਲਤਾਨ ਪਰ ਲੋਧੀ ਚ ਬੇਬੇ ਨਾਨਕੀ ਦਾ ਸਥਾਨ ਧਾ ਦਿੱਤਾ ਹੋਰ ਸਾਡੇ ਮਾਨਮਤੇ ਇਤਿਹਾਸ ਸਥਾਨ ਧਾ ਦਿੱਤੇ ਤੇ ਉਦੋਂ ਤਾਂ ਤੁਹਾਡੇ ਚ ਕੋਈ ਨਹੀਂ ਤੜਫਿਆ ਉਹ ਤਾਂ ਸਦਾ ਨਹੀਂ ਚਲੇਗੇ ਕੀ ਠੰਡਾ ਬੁਰਜ ਕੋਈ ਮੋੜ ਕੇ ਲਿਆ ਸਕਦਾ ਉਹ ਥਾਵਾ ਚਮਕੌਰ ਦੀ ਗੜੀ ਵਰਗੀਆਂ ਥਾਵਾ ਕੀ ਕੋਈ ਅਜ ਮੋੜ ਕੇ ਲਿਆ ਸਕਦਾ ਉਹ ਜਦੋਂ ਉਹ ਢਈਆ ਕੀਰਤਪੁਰ ਸਾਹਿਬ ਦੇ ਵਿੱਚੋਂ ਬੀਬੀ ਰੂਪਕੌਰ ਗੁਰੂ ਹਰਗੋਬਿੰਦ ਸਾਹਿਬ ਦੀ ਪੁੱਤਰੀ ਉਹਦੇ ਹੱਥ ਦੀ ਰਿਖੀ ਹੋਈ ਪੋਥੀ ਉਹ 1996 ਦੇ ਵਿੱਚ ਬਰਬਾਦ ਕਰ ਦਿੱਤੀ ਗਈ ਅੱਜ ਤੱਕ ਸਾਨੂੰ ਨਹੀਂ ਮਿਲੀ ਸੇਕ ਕੌਮ ਤੜਫਦੀ ਪਈ ਹੈ ਤੇ ਜਦੋਂ ਉਹ ਵਿਰਸਾ ਬਰਬਾਦ ਹੋਇਆ ਉਦੋਂ ਤੱਕ ਕੋਈ ਨਹੀਂ ਤੜਫਿਆ ਤੇ ਕਦੀ ਬੇਰੀ ਦੀ ਗੱਲ ਪਿੱਛੇ ਤੜਪੁੱਠੇ ਮੈਂ ਤਾਂ ਜੀ ਗੱਲੀ ਸਿਰਫ ਇੰਨੀ ਕੀਤੀ ਸੀ ਵੀ ਬੇਰੀ ਤੋਂ ਅੱਗੇ ਵੀ ਜਾਏ ਉਹ ਸਿਰਫ ਮੈਂ ਇੰਨੀ ਗੱਲ ਕਰਨੀ ਚਾਹੁੰਦਾ ਸੀ ਤੇ ਮੇਰੇ ਕਹਿਣ ਤੋਂ ਮੁਰਾਦ ਸਿਰਫ ਇਹ ਹੈ ਵੀ ਉਦੋਂ ਕਿਉਂ ਨਾ ਤੜਫੇ ਕਿਉਂਕਿ ਉਹ ਟਾਉਣ ਵਾਲੇ ਜਿਹੜੇ ਸਾਨੂੰ ਖੁਦ ਚੋਲਿਆਂ ਵਾਲੇ ਸਨ ਤਾਂ ਨਹੀਂ ਤੜਫੇ ਕਿ ਸਿੱਖ ਕਰਾਮਾਤ ਨੂੰ ਮੰਨਦੇ ਕਿਉਂ ਕਹਿੰਦੇ ਨੇ ਕਿ ਇਹ ਜਿਹੜੇ ਮਿਸਟਰੀ ਨੇ ਕਰਾਮਾਤ ਨੂੰ ਨਹੀਂ ਮੰਨਦੇ ਇਹ ਗੁਰੂ ਸਾਹਿਬ ਨੇ ਇੱਕ ਆਮ ਜਿਵੇਂ ਸ਼ਖਸ ਵਾਂਗੂੰ ਸਮਝਦੇ ਨੇ ਇਹ ਕਰਾਮਾਤ ਨੂੰ ਨਹੀਂ ਮੰਨਦੇ ਇੱਕ ਇਹ ਬੜੀ ਆਪਸ ਉਹ ਆਰਗੂਮੈਂਟ ਦਿੰਦੇ ਨੇ ਦੁਨੀਆ 'ਚ ਕੋਈ ਸਿੱਖ ਅਜਿਹਾ ਕੋਈ ਨਹੀਂ ਸਕਦਾ ਜਿਹੜਾ ਕਰਾਮਾਤ ਨੂੰ ਨਾ ਮੰਨੇ ਹਰ ਸਿੱਖ ਕਰਾਮਾਤ ਨੂੰ ਮੰਨਦਾ ਹੈ ਹਰ ਸਿੱਖ ਮਰਿ ਇਹ ਸਰੋਵਰਾਂ ਨੂੰ ਵੀ ਪਵਿੱਤਰ ਮੰਨਣ ਵਿੱਚ ਕੀ ਨਿਕਤ ਹੈ ਇੱਕ ਮਿੰਟ ਜੀ ਗੱਲ ਦੂਰ ਤੇ ਦੁੱਖ ਵੀ ਦੂਰ ਹੋ ਜਾਣਗੇ ਨਹੀਂ ਗੱਲ ਗੱਲ ਅਧੂਰੀ ਰਹੇਗੀ ਹਰ ਸਿੱਖ ਕਰਾਮਾਤ ਨੂੰ ਮੰਨਦਾ ਪਰ ਕਿਹੜੀ ਨੂੰ ਕਿਹੜੀ ਨੂੰ ਜਿਹੜੀ ਗੁਰਬਾਣੀ ਵਿੱਚ ਜ਼ਿਕਰ ਹੈ ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾਕਰਮਾਤ ਸਹਿਬ ਤੁਠੇ ਜੋ ਮਿਲੇ ਸਿੱਖ ਮੰਗਦਾ ਨਹੀਂ ਹੈ ਜੋ ਗੁਰੂ ਤੋਹਫਾ ਦੇ ਦੇਵੇ ਉਹ ਕਰਾਮਾਤ ਹੈ ਸਾਡੇ ਲਈ ਗੁਰੂ ਨੇ ਗੁਰਬਾਣੀ ਦੇਤੀ ਸਾਡੇ ਲਈ ਕਰਾਮਾਤ ਹੈ ਜਿੰਨ ਮਾਨਸ ਤੇ ਦੇਵਤੇ ਕੀ ਹੈ ਸੀ ਆਕਾਸ਼ਾਂ ਵੱਲੋਂ ਨਹੀਂ ਦੇਖਦੇ ਕੋਈ ਦੇਵਤਾ ਆਏਗਾ ਸਾਨੂੰ ਖੁਦ ਨੂੰ ਗੁਰੂ ਨੇ ਦੇਵਤਾ ਬਣਾਤਾ ਹੈ ਕਰਾਮਾਤ ਹੈ ਇਹੀ ਕਰਾਮਾਤ ਅਸੀਂ ਮੰਨਦੇ ਹਾਂ ਤੁਨ ਤੁਨ ਰਾਮਦਾਸ ਗੁਰ ਜਿਨ ਸਰੀਆ ਤਨੇ ਸਵਾਰਿਆ ਪੂਰੀ ਹੋਈ ਕਰਮਾਤਾ ਢੁੰਗੜੀਆਂ ਵੇਚਣ ਵਾਲਾ ਤਖਤ ਤੇ ਬੈਠਾ ਪਾਤਸ਼ਾਹ ਬਣ ਗਿਆ ਅਸੀਂ ਇਹ ਕਰਮਾਤਾ ਮੰਨਦੇ ਹਾਂ ਅਸੀਂ ਉਹ ਕਰਮਾਤਾ ਨਹੀਂ ਮੰਨਦੇ ਜਿਹੜੀਆਂ ਬਾਬੇਆਂ ਵਾਲੀਆਂ ਇਹ ਚੁੱਕੀ ਫਿਰਨੇ ਅਸੀਂ ਇਹ ਰੱਬੀ ਮਨੁੱਖਾ ਜਾਮਾ ਦੇ ਕੇ ਸੰਸਾਰ ਦਾ ਮੇਲਾ ਦੇਖਣ ਮੈਂ ਆਇਆ ਇਹ ਕਰਮਾਤ ਨਹੀਂ ਹੈ ਅਸੀਂ ਸੱਚੇ ਦੀ ਉਸ ਕਰਮਾਤ ਨੂੰ ਮੰਨਦੇ ਹਾਂ ਜਿਹੜੀ ਖੁਸ਼ ਹੋ ਕੇ ਤੋਹਫੇ ਵਿੱਚ ਦਿੰਦਾ ਹੈ ਜਿਨੇ ਸਾਨੂੰ ਪਸ਼ੂਆਂ ਤੋਂ ਮਨੁੱਖ ਮਨੁੱਖ ਤੋਂ ਦੇਵਤੇ ਤੇ ਦੇਵਤਿਆਂ ਤੋਂ ਰੱਬ ਵਰਗੇ ਮੂਰਤ ਬਣਾ ਕੇ ਸਾਨੂੰ ਦੇ ਦਿੰਦਾ ਅਸੀਂ ਇਸ ਕਰਮਾਤ ਨੂੰ ਮੰਨਦੇ ਅਕਾਲ ਮੂਰਤ ਜਪ ਜਪੂਲ ਮੰਤਰ ਵਿੱਚ ਬਚਨ ਹੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅਕਾਲ ਮੂਰਤ ਦੀ ਜਪ ਕਰਕੇ ਅਸੀਂ ਇੱਕ ਦਿਨ ਸੋ ਮੂਰਤ ਭਗਵਾਨ ਬਣਨਾ ਹੈ ਸਾਡੀ ਤਾਂ ਆਹੀ ਕਰਮਾਤ ਹੈ ਜਿਨ ਘਰ ਜਪਿਆ ਸੇ ਘਰ ਗੋਏ ਹਰ ਮਿਲਿਆ ਕੇਨ ਕਲਾਲੀ ਸਾਡੀ ਆਹੀ ਕਰਮਾਤ ਹੈ ਅਸੀਂ ਇਸ ਨੂੰ ਮੰਨਦੇ ਹਾਂ ਅਸੀਂ ਤਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਲੈਂਦੇ ਹਾਂ ਜਲਦੀ ਹਾਜ਼ਰ ਹੋ